ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਕੀ ਹਾਲ ਜੀ? ਠੀਕ ਠਾਕ ਹੋ ਸਾਰੇ? ਤੇ ਫਿਰ ਜੀ, ਅੱਜ ਹੁਣ 2019 ਦੇ ਲਾਸਟ ਡੇ ਤੇ ਅਸੀਂ ਹਾਜ਼ਰ ਹੋ ਗਏ ਹਾਂ ਜੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਢੇਰ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਸੋ ਜੀ, ਹੁਣ ਨਾਜ਼, ਤੁਹਾਨੂੰ ਪਤਾ ਹੈ ਕਿ ਇਸ ਤੋਂ ਬਾਅਦ ਅਗਲੇ ਸਾਲ ਮਿਲਾਂਗੇ ਆਪਾਂ ਆਪਣੇ ਯਾਰ। ਸੀਰੀਅਸਲੀ, ਮੈਂ ਇੰਨੀ ਜ਼ਿਆਦਾ ਸੈਡ ਨਹੀਂ, ਖੁਸ਼ ਹਾਂ, ਕਿਉਂਕਿ ਅਸੀਂ ਨਵੇਂ ਸਾਲ ਤੇ ਹੁਣ ਦੁਬਾਰਾ ਮਿਲਣਾ। ਇਹ ਹੈ ਸਾਡਾ 2019 ਦਾ ਲਾਸਟ ਐਪੀਸੋਡ। ਜੀ ਹਾਂ, ਬਿਲਕੁਲ ਜੀ, ਕਿਉਂਕਿ 2019 ਸਾਡਾ ਬਹੁਤ ਵਧੀਆ ਗਿਆ। ਮੈਂ ਕਮਬੈਕ ਕੀਤਾ ਸੀ 2019 ਦੇ ਵਿੱਚ, ਯਾਦ ਆ ਨਾ? ਜੀ ਬਿਲਕੁਲ, ਹੈ ਨਾ, ਦੁਬਾਰਾ ਆਈ ਸੀਗੀ ਮੈਂ, ਤੇ ਹੁਣ ਬਹੁਤ ਵਧੀਆ ਗਿਆ। ਇਸੇ ਕਰਕੇ ਅਸੀਂ ਸੋਚਿਆ ਕਿ ਇਹ ਜਾਂਦੇ ਜਾਂਦੇ ਸਾਲ ਨੂੰ ਵੀ ਬਹੁਤ ਖਾਸ ਬਣਾਇਆ ਜਾਵੇ, ਤੇ ਇਸੇ ਦੇ ਲਈ ਮੈਂ ਪ੍ਰੀਤ ਤੇ ਮੇਰੇ ਨਾਲ ਨਾਜ਼, ਅਸੀਂ ਅੱਜ ਦੋਨੋਂ ਜਣੀਆਂ ਹਾਜ਼ਰ ਹੋ ਗਏ ਹਾਂ ਜੀ 2019 ਨੂੰ ਬਾਏ ਬਾਏ ਕਹਿਣ ਦੇ ਲਈ। ਤੇ ਵੈਸੇ ਇਹ ਟੈਨਸ਼ਨ ਨਾ ਲਓ ਕਿ ਅਗਲੇ ਸਾਲ ਮਿਲਾਂਗੇ, ਅਗਲਾ ਸਾਲ ਬਹੁਤ ਛੇਤੀ ਆਉਣ ਵਾਲਾ ਹੈ ਜੀ, ਬਹੁਤ ਛੇਤੀ ਅਸੀਂ ਹਾਜ਼ਰ ਹੋ ਜਾਣਾ, ਕਿਉਂ ਨਾ ਕੁਛ ਹੀ ਘੰਟਿਆਂ ਬਾਅਦ ਅਸੀਂ ਫਿਰ ਹਾਜ਼ਰ ਹੋ ਜਾਵਾਂਗੇ ਨਵੇਂ ਸਾਲ ਦੇ ਨਾਲ। ਲੇਕਿਨ 2019 ਨੂੰ ਬਾਏ ਬਾਏ ਕਹਿਣਾ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਇਸ ਸਾਲ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ, ਬਹੁਤ ਸਾਰੇ ਕਾਲਰ ਸਾਨੂੰ ਨਵੇਂ ਮਿਲੇ, ਬਹੁਤ ਸਾਰੇ ਪੁਰਾਣੇ ਕਾਲਰ ਸਾਡੇ ਨਾਲ ਕੰਟੀਨਿਊ ਰਹੇ, ਔਰ ਬਹੁਤ ਸਾਰੀਆਂ ਖਾਸ ਗੱਲਾਂ ਹੋਈਆਂ ਇਸ ਸਾਲ। ਬਿਲਕੁਲ ਜੀ, 2019 ਬਹੁਤ ਵਧੀਆ ਮੇਰੇ ਲਈ ਤਾਂ ਬਹੁਤ ਵਧੀਆ ਗਿਆ। ਦੁਬਾਰਾ ਤੋਂ ਸਾਡੇ ਸਾਰੇ ਕਾਲਰਸ ਦੇ ਨਾਲ ਮੇਰੀ ਮੁਲਾਕਾਤ ਹੋਈ। ਸੋ ਅਸੀਂ ਜਿਹੜੀਆਂ ਆਪਣੀਆਂ ਯਾਦਾਂ ਜਿਹੜੀਆਂ 2019 ਦੀਆਂ, ਚਾਹੇ ਡੇਲੀ ਡੋਜ਼ ਨੂੰ ਲੈ ਕੇ ਆ, ਚਾਹੇ ਆਪਣੀ ਲਾਈਫ ਨੂੰ ਲੈ ਕੇ, ਅਸੀਂ ਸ਼ੇਅਰ ਕਰਦੇ ਰਹਾਂਗੇ। ਪਰ ਨਾਜ਼, ਅੱਜ ਮੈਂ ਸੋਚਿਆ ਕੁਛ ਅਲੱਗ ਕਰੀਏ ਆਪਾਂ। ਜੀ ਬਿਲਕੁਲ, ਹੈ ਨਾ, ਹਮੇਸ਼ਾ ਸਾਡੇ ਵਿਊਅਰਸ ਸਾਨੂੰ ਇੰਨਾ ਪਿਆਰ ਕਰਦੇ ਨੇ, ਸਾਨੂੰ ਫੋਨਸ ਕਰਦੇ ਨੇ, ਹਰ ਸ਼ੋਅ ਦੇ ਵਿੱਚ ਫੋਨ ਕਰਦੇ ਨੇ, ਤੇ ਅੱਜ ਮੈਂ ਸੋਚਿਆ ਕਿ ਅਸੀਂ ਆਪਣੇ ਵਿਊਅਰਸ ਨੂੰ ਫੋਨ ਕਰਾਂਗੇ। ਵੈਰੀ ਗੁੱਡ ਆਈਡੀਆ, ਪਤਾ ਹੈ, ਬਿਲਕੁਲ ਯੂਨੀਕ ਆਈਡੀਆ, ਔਰ ਬਹੁਤ ਮਜ਼ਾ ਵੀ ਆਏਗਾ ਇਸ ਦੇ ਵਿੱਚ, ਜਦੋਂ ਸਾਰਿਆਂ ਨੂੰ ਇਹ ਲੱਗੇਗਾ ਕਿ ਅੱਜ ਅਸੀਂ ਕਾਲ ਕਰ ਲਈਏ ਪਰ ਉਹਨਾਂ ਦੀ ਹੀ ਬੈਲ ਉਹਨਾਂ ਤੋਂ ਪਹਿਲਾਂ ਮਤਲਬ ਹੋ ਜਾਏਗੀ, ਸਾਡੀ ਇੱਕ ਵੱਲੋਂ ਜਾਏਗੀ। ਸੋ ਜੀ, ਅੱਜ ਇਹ ਦੇਖੋ ਜੀ, ਮੈਂ ਨਾ ਕੁਛ ਇੱਕ ਸਲਿਪਸ ਲੈ ਲਈਆਂ ਨੇ, ਹੈ ਨਾ, ਇਹਨਾਂ ਦੇ ਵਿੱਚੋਂ ਆਪਾਂ ਸਲਿਪ ਕੱਢਾਂਗੇ। ਕੋਈ ਜਿਹਦਾ ਵੀ ਨਾਮ ਆ ਗਿਆ, ਜਿਹੜੇ ਵੀ ਕਾਲਰ ਦਾ ਸਾਡਾ ਲੱਕੀ ਕਾਲਰ, ਉਹਨਾਂ ਨੂੰ ਅਸੀਂ ਕਾਲ ਕਰਾਂਗੇ ਜੀ, ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ 2019 ਕਿੱਦਾਂ ਗਿਆ, ਤੇ ਸਾਡੇ ਨਾਲ ਕਿੱਦਾਂ ਲੱਗਾ ਜੀ ਉਹਨਾਂ ਨੂੰ 2019 ਦੇ ਵਿੱਚ। ਤੇ ਫਿਲਹਾਲ ਮੈਂ ਸੋਚਦੀ ਹਾਂ ਕਿ ਆਪਾਂ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਹੀ ਰਹਿਣੀਆਂ ਨੇ, ਖਤਮ ਹੋਣੀਆਂ ਹੀ ਨਹੀਂ ਆ। ਪਹਿਲਾਂ ਆਪਾਂ ਸਟਾਰ ਦੇ ਵਿੱਚ ਇੱਕ ਕਾਲ ਕਰ ਹੀ ਲੈਣੀ। ਬਿਲਕੁਲ, ਚਲੋ ਸ਼ੁਰੂ ਕਰੀਏ। ਠੀਕ ਹੈ ਜੀ, ਸੋ ਸਲਿਪ ਨਿਕਾਲ ਦੇ, ਮੈਂ ਕੱਢਾਂ ਕਿ ਤੁਸੀਂ ਕੱਢੋ, ਤੁਸੀਂ ਕਰੋ ਸ਼ੁਰੂ। ਚਲੋ ਠੀਕ ਹੈ ਜੀ, ਜੀ ਸੋ ਸ਼ੁਰੂ ਕਰਦੇ ਹਾਂ ਤੇ ਦੇਖਦੇ ਹਾਂ ਕਿ ਸਲਿਪ ਕਿਸ ਦੇ ਨਾਮ ਦੀ ਆਈ ਹੈ, ਉਹ ਕੌਣ ਲੱਕੀ ਕਾਲਰ ਹੈ ਜਿਸ ਦੀ ਸਲਿਪ ਆਈ ਹੈ। ਓ, ਫਰਸਟ ਨੇ ਜੀ ਕਸ਼ਮੀਰ ਆਂਟੀ ਜੀ। ਓ ਵਾਹ ਜੀ ਵਾਹ, ਲੋਟਰੀ ਨਿਕਲ ਗਈ ਸਾਡੀ ਵੀ ਤੇ ਉਹਨਾਂ ਦੀ ਵੀ। ਉਹਨਾਂ ਦੀ ਵੀ ਬਿਲਕੁਲ, ਤੇ ਅੱਜ ਅਸੀਂ ਕਾਲ ਕਰਾਂ, ਕਿਉਂਕਿ ਬਹੁਤ ਸਾਰੇ ਵਿਊਅਰਸ, ਮੈਂ ਦੱਸ ਦਵਾਂ ਕਿ ਕਾਲਸ ਲਗਾ ਰਹੇ ਹੋਣਗੇ, ਉਹ ਸੋਚ ਰਹੇ ਹੋਣਗੇ ਕਿ ਅੱਜ ਫੋਨ ਹੀ ਨਹੀਂ ਲੱਗ ਰਿਹਾ। ਸੋ ਅੱਜ ਅਸੀਂ ਥੋੜਾ ਜਿਹਾ ਉਲਟਾ ਕੀਤਾ, ਅੱਜ ਤੁਹਾਡਾ ਫੋਨ ਨਹੀਂ ਲੱਗੇਗਾ, ਅੱਜ ਸਾਡਾ ਫੋਨ ਜਾਏਗਾ ਜੀ ਤੁਹਾਨੂੰ। ਤੇ ਫਿਰ ਜੀ ਮੈਂ ਕਾਲ ਕਰਦੀ ਆ ਕਸ਼ਮੀਰ ਆਂਟੀ ਜੀ ਨੂੰ, ਹੈ ਨਾ ਜੀ। ਬਿਲਕੁਲ, ਕਸ਼ਮੀਰ ਆਂਟੀ ਨੂੰ ਕਾਲ ਕਰਦੇ ਹਾਂ ਔਰ ਕਰਾਂਗੇ ਉਹਨਾਂ ਦੇ ਨਾਲ ਗੱਲ। ਜਾ ਰਹੀ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਕਸ਼ਮੀਰ ਆਂਟੀ ਜੀ, ਪਹਿਚਾਣ ਲਿਆ ਤੁਸੀਂ? ਹਾਂਜੀ ਹਾਂਜੀ, ਬਿਲਕੁਲ ਜੀ। ਤੇ ਫਿਰ ਅੱਜ ਹੁਣ ਮੈਂ ਕਿਹਾ ਅਸੀਂ ਗੱਲ ਕਰ ਲਈਏ, ਕਿਉਂਕਿ ਫਿਰ ਨਵੇਂ ਅਗਲੇ ਸਾਲ ਜਾ ਕੇ ਤੁਹਾਡੇ ਨਾਲ ਗੱਲ ਹੋਏਗੀ ਜੀ। ਤੇ ਸਭ ਤੋਂ ਪਹਿਲਾਂ ਤਾਂ ਪ੍ਰੀਤ, ਦੋਨਾਂ ਬੇਟਿਆਂ ਨੂੰ ਤੇ ਸਾਡੀ ਸਾਰੀ ਦੁਨੀਆ ਦੇ ਵਿੱਚ ਮਾਂ ਬੋਲੀ ਨਾਲ ਸਨੇਹ ਰੱਖਣ ਵਾਲੇ ਪਾਠਕ ਜਿੰਨੇ ਸਾਡੇ ਦੇਸ਼ਾਂ ਵਿਦੇਸ਼ਾਂ ਚ ਰਹਿੰਦੇ ਆ, ਜਿਨ੍ਹਾਂ ਨੇ ਬਾਹਰ ਰਹਿ ਕੇ ਵੀ ਆਪਣੀ ਧਰਤੀ ਤੋਂ ਆਪਣੀ ਮਾਂ ਬੋਲੀ ਪੰਜਾਬੀ ਦਾ ਮੋਹ ਨਹੀਂ ਤਿਆਗਿਆ, ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੇ 2019 ਨੂੰ ਕਰ ਰਹੇ ਹਾਂ ਅਸੀਂ ਬਾਏ ਬਾਏ, ਤੁਹਾਡਾ 2019 ਕਿਸ ਤਰ੍ਹਾਂ ਦਾ ਰਿਹਾ? ਬਹੁਤ ਸੋਹਣਾ, ਬਹੁਤ ਸੋਹਣਾ, ਵਾਹਿਗੁਰੂ ਦੀ ਕਿਰਪਾ ਦੇ ਨਾਲ। ਤੇ ਮੈਂ ਤਾਂ ਅਰਦਾਸ ਕਰੂੰਗੀ ਕਿ ਸਾਰਿਆਂ ਦੇ ਆਉਣ ਲਈ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਹੋਵੇ, ਸਰਬੱਤ ਜਿਹਾ ਸੰਸਾਰ ਸਬਰ ਸ਼ਾਂਤੀ ਸੰਤੋਖ ਦਾ ਹੋਵੇ, ਹੈ ਨਾ ਜੀ। ਬਿਲਕੁਲ ਜੀ, ਤੇ ਕੁਛ ਲਾਈਨਾਂ ਮੈਂ ਤੁਹਾਨੂੰ ਸੁਣਾਉਣੀ ਆ। ਕੀ ਬਾਤ ਹੈ ਜੀ। ਕਹਿੰਦਾ, ਜਿਸ ਦਾਤੇ ਨੇ ਜ਼ਿੰਦਗੀ ਦੀ ਦਾਤ ਦਿੱਤੀ, ਉਸ ਦਾਤੇ ਦਾ ਸ਼ੁਕਰ ਮਨਾ ਲਈਏ, ਗੀਤ ਗਜ਼ਲ ਨਜ਼ਮ ਕਵਿਤ ਦੋਹੇ ਗਾ ਕੇ ਜਸ ਪੰਜਾਬੀ ਨੂੰ ਅਸੀਂ ਸਜਾ ਲਈਏ, ਰੋਣੇ ਆਪਣੇ ਗਮਾਂ ਦੇ ਛੱਡ ਮਨਾ, ਦਰਦ ਮੰਦਾਂ ਦਾ ਦਰਦ ਵੰਡਾ ਲਈਏ, ਚਾਰੇ ਪਾਸੇ ਹਨੇਰ ਹੈ ਬੜਾ ਡੂੰਘਾ, ਕੋਈ ਸਰਗੀ ਦਾ ਸੂਰਜ ਚੜਾ ਲਈਏ, ਮਿਲੇ ਦੀਸ਼ ਨੂੰ ਜੇ ਤੋਫੀਕ ਉਹਦੀ ਸੱਚ ਕਹਿਣ ਦਾ ਜੇਰਾ ਜੁਟਾ ਲਈਏ, ਮਿਲੇ ਦੀਸ਼ ਨੂੰ ਜੇ ਤੋਫੀਕ ਉਹਦੀ
आई होप के ए साल जड़ा तो हड़ा बहुत वधिया बीते हुए थे अगला साल भी साढ़े नाली बिताना ठीक है बिल्कुल बिल्कुल वाहे गुरु की अरदास करांगे तंदरुस्त रहो अब तरक्कियां करो खुशियां मानो ते सारे आले नवा साल बहुत चंगा ते खुशियां भरे आवे थैंक यू बिल्कुल जी थैंक यू सो मच जी थैंक यू सो मच जी थैंक्स सो जी आपा सारे व्यूअर्स नु यही रिक्वेस्ट कर दे हां भी जिवे कि 2019 दे विच तुसी जस्ट फैमिली दे नाल जुड़े रहे ਇੱਦਾਂ ਹੀ 2020 ਦੇ ਵਿੱਚ ਵੀ ਇੱਦਾਂ ਹੀ ਜੁੜੇ ਰਹਿਣਾ ਪੂਰਾ ਸਾਥ ਨਿਭਾਉਣਾ ਤੇ ਜਿਹੜੇ ਸਿਰਫ ਦੇਖਦੇ ਨੇ ਨਾ ਸ਼ੋਅ ਫੋਨ ਨਹੀਂ ਕਰਦੇ ਸਾਨੂੰ ਤੁਸੀਂ ਵੀ ਐਡ ਹੋ ਜਾਣਾ 2020 ਦੇ ਵਿੱਚ ਫੋਨ ਕਿਉਂਕਿ ਸਾਨੂੰ ਪਤਾ ਹੈ ਕਿ ਦੇਖਦੇ ਬਹੁਤ ਨੇ ਫੋਨ ਕੱਟ ਕਰਦੇ ਕਈ ਵਾਰੀ ਐਸਾ ਹੁੰਦਾ ਹੈ ਨਾ ਕਿ ਇਹ ਗੱਲਾਂ ਬਹੁਤ ਵਧੀਆ ਵਧੀਆ ਚੱਲ ਰਹੀਆਂ ਹੁੰਦੀਆਂ ਤੇ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਚਲੋ ਕਾਲ ਕੀ ਕਰਨਾ ਲੇਕਿਨ ਸਾਡੀਆਂ ਗੱਲਾਂ ਹੋਰ ਵਧੀਆ ਤਾਂ ਹੁੰਦੀਆਂ ਜਦੋਂ ਤੁਹਾਡੇ ਕਾਲਸ ਆਉਂਦੇ ਨੇ ਸੋ ਕਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਸਾਨੂੰ ਕਾਲ 2019 ਦੇ ਵਿੱਚ 20 ਦੇ ਵਿੱਚ ਸਾਰੇ ਜਣੇ ਜ਼ਰੂਰ ਕਾਲ ਕਰਨਾ ਸਾਡੇ ਨਾਲ ਨਵੇਂ ਵੀ ਜਿਹੜੇ ਜੁੜੇ ਨੇ ਉਹ ਵੀ ਕਾਲ ਕਰਨ ਤਾਂ ਬਹੁਤ ਮਜ਼ਾ ਆਏਗਾ ਬਿਲਕੁਲ ਅੱਛਾ ਨਾਜ਼ ਤੁਹਾਡਾ 2019 ਕਿੱਦਾਂ ਗਿਆ ਔਸਮ ਵਧੀਆ ਕੈਂਟ ਸੁਪਰਬ ਸੋ ਹਾਂ ਬਹੁਤ ਵਧੀਆ ਗਿਆ ਸੋ ਕੋਈ ਖਾਸ ਜਿਹੜੀ ਇਸ 2019 ਦੇ ਵਿੱਚ ਹੋਈ ਹੈ ਗੱਲ ਉਹ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋ ਖਾਸ ਵੈਸੇ ਸਾਰਿਆਂ ਨੂੰ ਪਤਾ ਹੈਗੀ ਹੈ ਔਰ ਮੈਂ ਉਹ ਸ਼ੇਅਰ ਵੀ ਕਰਨਾ ਚਾਹੁੰਦੀ ਹਾਂ ਔਰ ਬਹੁਤ ਸਾਰੇ ਵਿਊਅਰਸ ਨੂੰ ਸਾਨੂੰ ਪਤਾ ਵੀ ਹੈ ਇੱਕ ਬੇਬੀ ਗਰਲ ਜਿਹੜੀ ਸੀ ਉਹ ਮੇਰੇ ਘਰ ਵਿੱਚ ਆਈ 2019 ਦੇ ਵਿੱਚ ਬਿਲਕੁਲ ਇਹ ਮੇਰੇ ਲਈ ਬਹੁਤ ਖਾਸ ਈਅਰ ਜਿਹੜਾ ਰਿਹਾ ਹੈ ਬਿਲਕੁਲ ਜੀ ਸੋ ਜੀ ਇੱਕ ਨੰਨੀ ਪਰੀ ਦੇ ਨਾਜ਼ ਘਰ ਦੇ ਵਿੱਚ 2019 ਦੇ ਵਿੱਚ ਦਸਤਕ ਦਿੱਤੀ ਸੋ ਇਹਨਾਂ ਦਾ ਤਾਂ 2019 ਜਿਹੜਾ ਬਹੁਤ ਹੀ ਵਧੀਆ ਗਿਆ ਹੈਗਾ ਸੋ ਜੀ ਆਈ ਹੋਪ ਕਿ ਤੁਹਾਡਾ ਸਭ ਦਾ ਵੀ ਬਹੁਤ ਵਧੀਆ ਗਿਆ ਹੋਵੇ ਅੱਛਾ ਕੋਈ ਵਿਸ਼ ਸੀਗੀ 2019 ਦੇ ਵਿੱਚ ਜਿਹੜੀ ਕੰਪਲੀਟ ਹੋ ਗਈ ਜਾਂ ਹਜੇ ਪੈਂਡਿੰਗ ਕਰਤੀ ਹੁਣ ਤੂੰ ਨਹੀਂ ਐਕਚੁਅਲੀ ਵਿਸ਼ ਤੁਹਾਨੂੰ ਪਤਾ ਹੀ ਹੈ ਕਿ ਗਰਲਸ ਦੀਆਂ ਵਿਸ਼ਸ ਖਤਮ ਹੁੰਦੀਆਂ ਹੀ ਨਹੀਂ ਹੈ ਸਾਲ ਖਤਮ ਹੁੰਦੇ ਰਹਿੰਦੇ ਨੇ ਲੇਕਿਨ ਜਿਹੜੀਆਂ ਵਿਸ਼ ਨੇ ਉਹ ਸਗੋਂ ਹੋਰ ਜ਼ਿਆਦਾ ਵਧੀਆ ਹੋ ਜਾਂਦੀਆਂ ਦੋ ਹੀ ਵਿਸ਼ ਨੇ ਗਰਲਸ ਨੂੰ ਇੱਕ ਜਿਹੜਾ ਵਿਸ਼ ਵਿਸ਼ ਵਾਲਾ ਔਰ ਦੂਸਰਾ ਜਿਹੜਾ ਵਿਸ਼ ਵਿਸ਼ ਹੁੰਦੀਆਂ ਹੀ ਨੇ ਸੋ ਦੋਨੋਂ ਵਿਸ਼ ਬਹੁਤ ਜ਼ਰੂਰੀ ਨੇ ਗਰਲਸ ਦੇ ਲਈ ਜੋ ਖਤਮ ਨਹੀਂ ਹੁੰਦੇ ਨੇ ਔਰ ਮੇਰੀ ਤੇ ਬਹੁਤ ਸਾਰੀਆਂ ਵਿਸ਼ ਨੇ ਜੋ ਮੈਂ ਚਾਹੁੰਦੀ ਹਾਂ ਕਿ 2020 ਦੇ ਵਿੱਚ ਤੇ ਹੋਰ ਮੇਰੀ ਲਿਸਟ ਜਿਹੜੀ ਵਿਸ਼ ਦੀ ਉਹ ਵੱਜ ਜਾਏ ਬਿਲਕੁਲ ਜੀ ਮੈਂ ਵੈਸੇ ਹੈ ਨਾ ਇਹ ਕਹਿੰਦੀ ਵੀ ਹੁੰਦੀ ਹਾਂ ਕਿ ਵਿਸ਼ਸ ਹੋਣੀਆਂ ਚਾਹੀਦੀਆਂ ਨੇ ਸਾਰੇ ਸੋਚਦੇ ਨੇ ਨਹੀਂ ਏਡੀਆਂ ਇੱਛਾਵਾਂ ਨਹੀਂ ਰੱਖਣੀਆਂ ਚਾਹੀਦੀਆਂ ਇੰਨਾ ਕੁਛ ਮੰਗਣਾ ਮੈਂ ਤਾਂ ਮੰਗਦੀ ਰਹਿੰਦੀ ਹਾਂ ਬਈ ਮੰਗਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਰੱਬ ਕੋਲੋਂ ਮੰਗਣਾ ਚਾਹੀਦਾ ਹੈ ਅਸੀਂ ਉਹਨਾਂ ਕੋਲੋਂ ਨਹੀਂ ਮੰਗਾਂਗੇ ਤਾਂ ਕਿਹਦੇ ਕੋਲੋਂ ਮੰਗਾਂਗੇ ਸੋ ਮੈਂ ਤਾਂ ਹਮੇਸ਼ਾ ਹੀ ਮੈਂ ਸੋਚਦੀ ਹੁੰਦੀ ਹਾਂ ਵੈਸੇ ਮੈਂ ਕਿਹਾ ਰੱਬ ਨੇ ਕਹਿਣਾ ਇਹ ਕੀ ਹੈ ਇਹਦਾ ਹਾਲ ਚਾਲ ਇੱਕ ਡਿਮਾਂਡ ਦੀ ਖਤਮ ਹੁੰਦੀ ਹੈ ਦੂਜੀ ਲੈ ਕੇ ਆ ਜਾਂਦੀ ਹੈ ਦੂਜੀ ਖਤਮ ਹੁੰਦੀ ਤੀਜੀ ਲੈ ਕੇ ਆ ਜਾਂਦੀ ਹੈ ਫਿਰ ਮੈਂ ਨਾ ਬੜਾ ਫਿਰ ਜਾ ਕੇ ਨਾ ਕਹੂੰਗੀ ਬਾਬਾ ਜੀ ਅਸੀਂ ਤੁਹਾਡੇ ਕੋਲ ਹੀ ਮੰਗਣਾ ਤੁਸੀਂ ਇਹ ਪੂਰਾ ਕਰ ਸਕਦੇ ਹੋ ਕੌਣ ਕਰੇਗਾ ਅਸੀਂ ਕਿਹਦੇ ਕੋਲ ਜਾਣਾ ਤੁਸੀਂ ਤੇ ਉਹ ਹੈ ਨਾ ਫਿਰ ਉਹ ਵੀ ਸਮਝ ਜਾਂਦੇ ਨੇ ਬਾਬਾ ਜੀ ਵੀ ਸਮਝ ਜਾਂਦੇ ਨੇ ਕਿ ਚਲੋ ਠੀਕ ਹੈ ਇਹਨੇ ਠੀਕ ਹੈ ਹਾਂ ਪਰ ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਜਦੋਂ ਹਲੇ ਜਾਓ ਹੀ ਨਾ ਬਾਬਾ ਜੀ ਨੂੰ ਕਹਿਣ ਵਾਸਤੇ ਕਿ ਬਾਬਾ ਜੀ ਸਾਨੂੰ ਇਹ ਚੀਜ਼ ਚਾਹੀਦੀ ਉਹ ਪਹਿਲੇ ਸ਼ਕਲ ਦੇ ਕੇ ਕਹਿੰਦੇ ਇਹਨੂੰ ਤੇ ਇਹਨੇ ਜ਼ਿੱਦ ਪੈ ਜਾਣਾ ਇਹਨੂੰ ਦੇ ਦੋ ਇਹਨੂੰ ਦੇ ਹੀ ਦੋ ਇਹਨੂੰ ਦੇ ਹੀ ਦੋ ਖਤਮ ਹੀ ਕਰਦਾ ਸੋ ਮੈਨੂੰ ਲੱਗਦਾ ਹੁੰਦਾ ਕਿ ਵਾਕਈ ਬਾਬਾ ਜੀ ਮੇਰੇ ਨਾਲ ਇਦਾਂ ਹੀ ਕਰਦੇ ਨੇ ਖਰੇ ਇਹਨਾਂ ਨੂੰ ਪਤਾ ਵੀ ਇਹਨੇ ਫਿਰ ਰੋਂਦੀ ਆ ਜਾਣਾ ਇਹਦੀ ਪੂਰੀ ਕਾਰੀ ਦੋ ਜੀ 2019 ਜਿਹੜਾ ਹੈਗਾ ਬਹੁਤ ਹੀ ਖੂਬਸੂਰਤ ਗਿਆ ਤੁਹਾਡੇ ਸਾਰਿਆਂ ਦਾ ਵੀ ਬਹੁਤ ਖੂਬਸੂਰਤ ਗਿਆ ਹੋਵੇਗਾ ਔਰ ਸਾਡਾ ਵੀ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਉਹ ਜਿਹੜਾ 2019 ਹੈ ਜਸ ਫੈਮਿਲੀ ਦੇ ਨਾਲ ਬਹੁਤ ਵਧੀਆ ਗਿਆ ਬਿਲਕੁਲ ਬਿਲਕੁਲ ਜੀ ਸੋ ਮੈਂ ਤਾਂ ਖੁਦ ਕਿਉਂਕਿ ਬਹੁਤ ਸਾਲਾਂ ਤੋਂ ਮੈਂ ਵੀ ਜਸ ਫੈਮਿਲੀ ਦੇ ਨਾਲ ਜੁੜੀ ਹੋਈ ਹਾਂ ਸੋ ਵਿੱਚੋਂ ਥੋੜ੍ਹਾ ਜਿਹਾ ਗੈਪ ਪੈ ਗਿਆ ਸੀ ਮੇਰਾ ਤੇ ਮੈਂ ਥੋੜ੍ਹਾ ਜਿਹਾ ਹੈ ਨਾ ਵੀ ਮਤਲਬ ਕਿ ਸ਼ਿਫਟ ਹੋ ਗਈ ਸੀ ਚੰਡੀਗੜ੍ਹੋਂ ਤੇ ਇਸ ਕਰਕੇ ਪਰ ਮੈਂ ਨਾ ਉਹਦੇ ਵਿੱਚ ਇੰਨਾ ਮਿਸ ਕੀਤਾ ਜਸ ਨੂੰ ਬਹੁਤ ਜ਼ਿਆਦਾ ਖਾਸ ਕਰਕੇ ਡੇਲੀ ਡੋਸ ਨੂੰ ਤਾਂ ਬਹੁਤ ਹੀ ਜ਼ਿਆਦਾ ਮਿਸ ਕਰਦੀ ਹਾਂ ਬਿਲਕੁਲ ਉਹ ਜਦੋਂ ਅਟੈਚਮੈਂਟ ਹੋ ਜਾਏ ਅੱਛੀ ਵਾਲੀ ਤਾਂ ਫਿਰ ਤੇ ਫਿਰ ਫਾਈਨਲੀ ਫਿਰ ਮਾਰਚ ਦੇ ਵਿੱਚ ਦੁਬਾਰਾ ਤੋਂ ਮੈਂ ਕਮਬੈਕ ਕਰ ਲਿਆ ਸੀ ਦੁਬਾਰਾ ਤੋਂ ਜਸ ਫੈਮਿਲੀ ਦੇ ਨਾਲ ਜੁੜ ਗਏ ਸੋ ਇਹ ਖਾਸੀਅਤ ਰਹੀ ਹੈ ਮੇਰੀ 2019 ਦੀ ਤੁਹਾਡੇ ਨਾਲ 2019 ਦੇ ਵਿੱਚ ਮਾਰਚ 'ਚ ਇੱਕ ਹੋਰ ਪਰੀ ਆਈ ਔਰ ਜਸ ਪੰਜਾਬੀ ਦੀ ਪਰੀ ਵੀ ਵਾਪਸ ਆਈ ਸੋ ਬਿਲਕੁਲ ਜੀ ਅਤੇ ਆਪਾਂ ਤੁਹਾਡੇ ਕੋਲੋਂ ਵੀ ਜਾਣਦੇ ਰਹਿਣਾ ਜੀ ਤੁਹਾਡਾ 2019 ਕਿੱਦਾਂ ਗਿਆ ਅਤੇ ਤੁਹਾਨੂੰ ਕਾਲਜ ਵੀ ਆਪਾਂ ਕਰਦੇ ਰਹਿਣਾ ਹੈਗਾ ਆ ਜੇਕਰ ਫੋਨ ਨਹੀਂ ਮਿਲ ਰਹੇ ਬਾਕੀ ਕਾਲਜ ਦੇ ਟੈਨਸ਼ਨ ਬਿਲਕੁਲ ਨਹੀਂ ਲੈਣੀ ਆਪਣੇ ਸਾਡੇ ਵੱਲੋਂ ਤੁਹਾਨੂੰ ਕਾਲ ਆ ਜਾਏਗਾ ਜੀ ਅਤੇ ਫਿਲਹਾਲ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਆਏ ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਫੇਵਰੇਟ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਡੇਲੀ ਡੋਜ਼ ਤੇ ਡੇਲੀ ਡੋਜ਼ ਦੇ ਵਿੱਚ 2019 ਨੂੰ ਅਸੀਂ ਕਹਿਣ ਜਾ ਰਹੇ ਹਾਂ ਜੀ ਬਾਏ ਬਾਏ ਤੇ ਹਾਈ ਕਰਨਾ ਹੈ 2020 ਨੂੰ ਲੇਕਿਨ ਉਹ ਕਰਾਂਗੇ ਅਸੀਂ ਕੱਲ ਅੱਜ ਅਸੀਂ ਗੱਲ ਕਰਨੀ ਹੈ 2019 ਦੀ ਕਿ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ 2019
19 ਤੇ ਅੱਜ ਅਸੀਂ ਥੋੜੀ ਜੀ ਡਿਫਰੈਂਟ ਤਰੀਕੇ ਨਾਲ ਹੀ ਆਪਣਾ ਐਪੀਸੋਡ ਕਰ ਰਹੇ ਹਾਂ ਜੋ ਰਮਨ ਹੁਣੇ ਇੱਕ ਵਾਰੀ ਫੇਰ ਰਿਪੀਟ ਕਰਨਗੇ। ਬਿਲਕੁਲ ਜੀ ਬਿਲਕੁਲ, ਅੱਜ ਤੁਸੀਂ ਸਾਨੂੰ ਫੋਨ ਕਰਨ ਦੀ ਟਰਾਈ ਕਰ ਰਹੇ ਹੋਗੇ ਪਰ ਅੱਜ ਤੁਹਾਡਾ ਫੋਨ ਨਹੀਂ ਲੱਗੇਗਾ ਕਿਉਂਕਿ ਅੱਜ ਅਸੀਂ ਚੇਂਜ ਕਰਤਾ, ਅੱਜ ਅਸੀਂ ਕਾਲ ਕਰਾਂਗੇ ਤੁਹਾਨੂੰ ਤੇ ਉਹਦੇ ਲਈ ਪੂਰੀ ਸਾਡੇ ਕੋਲ ਚਿੱਟ ਹੈ। ਸੋ ਉਹਨਾਂ ਦੇ ਵਿੱਚੋਂ ਜਿਹਨਾਂ ਜਿਹੜੇ ਕਾਲਰਸ ਦਾ ਸਾਡੇ ਦਾ ਨਾਮ ਆਏਗਾ ਨਾ ਉਹਨਾਂ ਨੂੰ ਸਾਡੇ ਵੱਲੋਂ ਕਾਲ ਜਾਏਗਾ। ਸੋ ਜੀ ਅੱਜ ਦੇਖਦੇ ਹਾਂ ਕਿ ਉਹਨਾਂ ਨੂੰ ਕਿੱਦਾਂ ਲੱਗਦਾ ਕਿਉਂਕਿ ਹਮੇਸ਼ਾ ਸਾਨੂੰ ਕਾਲਸ ਆਉਂਦੀਆਂ ਨੇ, ਅੱਜ ਜਦੋਂ ਉਹਨਾਂ ਨੂੰ ਜਸ ਪੰਜਾਬੀ ਦੀ ਕਾਲ ਜਾਏਗੀ, ਡੇਲੀ ਡੋਸ ਦੀ ਕਾਲ ਜਾਏਗੀ। ਸੋ ਦੇਖਦੇ ਹਾਂ ਕਿ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ 2019 ਉਹਨਾਂ ਦਾ ਕਿੱਦਾਂ ਗਿਆ ਜੀ। ਸੋ ਜੀ ਅਗਲੀ ਚਿੱਠ ਸ਼ੁਰੂ ਕਰਦੇ ਹਾਂ, ਚੱਕਾ ਮੈਂ। ਹਾਂਜੀ ਬਿਲਕੁਲ, ਦੇਖਦੇ ਹਾਂ ਕਿ ਕੌਣ ਹੋਏਗਾ ਨੈਕਸਟ ਕਾਲਰ। ਅਗਲਾ ਮੈਂ ਸੋਚਦੀ ਮੈਂ ਨਾਮ ਨਹੀਂ ਦੱਸਾਂਗੀ ਤੁਹਾਨੂੰ। ਅੱਛਾ, ਹਾਂ ਕਿਉਂਕਿ ਅਸੀਂ ਹਮੇਸ਼ਾ ਆਵਾਜ਼ ਤੋਂ ਵੀ ਹੁਣ ਸਾਨੂੰ ਪਹਿਚਾਣ ਹੋਣ ਲੱਗ ਪਈ ਹੈ ਤੇ ਨਾਲ ਹੁਣ ਮੈਂ ਜਾਣਾਂਗੀ ਅੱਜ ਕਿ ਤੁਹਾਨੂੰ ਕਿੰਨੀ ਕੁ ਪਹਿਚਾਣ ਹੈ ਸਾਡੇ ਕਾਲਰਸ ਦੀ। ਓਕੇ ਠੀਕ ਹੈ, ਹੁਣ ਤੁਹਾਡਾ ਟੈਸਟ ਦੇਖਦੇ ਹਾਂ, ਟੈਸਟ ਹੀ ਲੈਣੇ ਨੇ। ਮੈਂ ਕਾਲ ਮਿਲਾਨੀ ਆ ਤੇ ਫਿਰ ਜਦੋਂ ਹੈਲੋ ਕਰਨਗੇ ਤੁਹਾਡੇ ਕੋਲੋਂ ਮੈਂ ਪੁੱਛਾਂਗੀ ਵੀ ਕਿਹੜੇ ਹੋਣਗੇ। ਠੀਕ ਹੈ ਠੀਕ ਹੈ ਠੀਕ ਹੈ। ਸੋ ਜੀ ਕਾਲ ਮਿਲਾਈ ਜਾਏ, ਇਮਤਿਹਾਨ ਜਾਏ, ਇਮਤਿਹਾਨ ਹੋ ਰਿਹਾ ਹੈ ਮੇਰਾ। ਸੋ 2019 ਇਮਤਿਹਾਨ, ਕਾਲ ਜਾ ਰਹੀ, ਕਾਲ ਜਾ ਰਹੀ। ਹੈਲੋ, ਕੌਣ? ਹੈਲੋ, ਕੌਣ? ਹੈਲੋ, ਸਤਿ ਸ਼੍ਰੀ ਅਕਾਲ ਜੀ। ਨਾਸੀ ਓਕੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਮਾ ਤੁਹਾਡਾ ਹੀ ਕੀ ਹੈ, ਕਿੱਦਾਂ ਕਰ ਲਿਆ ਫੋਨ? ਗੱਲਬਾਤ ਤੇ ਹੋ ਗਈ ਹੈ ਲਾਸ, ਅੱਜ ਸੋਚਿਆ ਕਿ ਤੁਸੀਂ ਹਮੇਸ਼ਾ ਕਰਦੇ ਹੋ ਤੇ ਅੱਜ ਅਸੀਂ ਤੁਹਾਨੂੰ ਫੋਨ ਕਰੀਏ। 2019 ਜਾਣਾ ਥੋੜਾ ਜਿਹਾ ਅਲੱਗ ਕੀਤਾ ਜਾਏ ਨਾ ਕੁਝ। ਵਧੀਆ ਵਧੀਆ, ਬਹੁਤ ਵਧੀਆ। ਸੋ ਜੀ ਪਹਿਲਾਂ ਤਾਂ ਬਾਏ ਬਾਏ, ਅੱਜ ਆਪਾਂ ਹੈਪੀ ਨਿਊ ਈਅਰ ਨਹੀਂ ਕਵਾਂਗੇ, ਹੈਪੀ ਨਿਊ ਈਅਰ ਕੱਲ ਕਵਾਂਗੇ। ਸੋ ਅੱਜ ਬਾਏ ਬਾਏ ਕਰਨੀ ਆਪਾਂ 2019 ਨੂੰ। ਓਕੇ ਓਕੇ ਠੀਕ ਹੈ ਠੀਕ ਹੈ ਜੀ। ਤੇ ਤੁਸੀਂ ਦੱਸੋ ਤੁਹਾਡਾ 2019 ਕਿੱਦਾਂ ਦਾ ਨਿਕਲਿਆ? ਬਹੁਤ ਵਧੀਆ। ਵਧੀਆ ਨਿਕਲਿਆ, ਕੁਝ ਖਾਸ ਹੋਇਆ 2019? ਵਧੀਆ, ਤੁਹਾਡੇ ਨਾਲ ਸਾਡਾ ਵਧੀਆ ਨਿਕਲਿਆ। ਬਿਲਕੁਲ ਜੀ, ਤੁਸੀਂ ਸਾਡਾ ਇੰਨਾ ਖਿਆਲ ਰੱਖਿਆ ਤੇ ਸਾਡਾ ਤਾਂ ਵਧੀਆ ਜਾਣਾ ਹੀ ਸੀ। ਲੱਖ ਵਿਗੜੇ ਪਿੱਛੇ ਕੰਮ ਮੇਰਾ। ਵਾਹ ਜੀ ਵਾਹ, ਕੰਮ ਵਿਗਾੜਨੇ ਨਹੀਂ, ਵਧੀਆ ਵਧੀਆ ਕੰਮ ਕਰਨੇ ਔਰ ਵਧੀਆ ਵਧੀਆ ਗਾਣੇ ਵੀ ਤੁਸੀਂ ਬਹੁਤ ਸੋਹਣੇ ਗਾਉਂਦੇ ਹੋ ਤੇ ਇੱਕ ਗਾਣਾ ਘੈਂਟ ਜਿਹਾ ਹੋ ਜਾਏ ਤੁਹਾਡੀ ਆਵਾਜ਼ ਦੇ ਵਿੱਚ, ਮਿੱਠੀ ਜਿਹੀ ਆਵਾਜ਼ ਦੇ ਵਿੱਚ। ਓਕੇ ਜੀ। ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾ ਆਈ, ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾ ਆਈ, ਚੀਰੇ ਵਾਲਿਆ ਵੇਖਦਾ ਆਈ ਵੇ, ਮੇਰਾ ਲੌਂਗ ਵਾਚਾ ਨਿਗਾ ਮਾਰ, ਨਿਗਾ ਨਿਗਾ ਮਾਰਦਾ ਆਈ ਵੇ, ਮੇਰਾ ਲੌਂਗ ਵਾਚਾ ਹੌਲੀ ਹੌਲੀ ਆਈ ਸੀ ਮੈਂ ਟਾਲੀਆਂ ਦੇ ਹੇਠ ਦੀ, ਹਾਏ ਟਾਲੀਆਂ ਦੇ ਹੇਠ ਦੀ, ਕੱਢਿਆ ਸੀ ਕੁੰਡ ਮੈਂ ਆਵਾਜ਼ ਸੁਣ ਜੇਠ ਦੀ, ਆਵਾਜ਼ ਸੁਣ ਜੇਠ ਦੀ, ਪਤਾ ਨੀ ਸੀ ਲੱਗਾ ਮੇਰੀ ਨੱਕ ਚੋ ਨਿਕਲ ਕੇ, ਡਿੱਗ ਪਿਆ ਡੂੰਗੀ ਥਾਈ ਵੇ, ਮੇਰਾ ਲੌਂਗ ਵਾਚਾ ਨਿਗਾ ਮਾਰ, ਨਿਗਾ ਨਿਗਾ ਮਾਰਦਾ ਆਈ ਵੇ, ਮੇਰਾ ਲੌਂਗ ਵਾਚਾ ਦਿਲਾਂ ਦੀਆਂ ਮਾ ਪੈੜਿਆ ਤੂੰ ਮਾਰਨਾ ਏ ਤਾਨੇ ਵੇ, ਮਿਲਣੇ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਦਿਲਾਂ ਦੀਆਂ ਪੈੜਿਆ ਤੂੰ ਮਾਰਨਾ ਏ ਤਾਨੇ ਵੇ, ਮਿਲਣੇ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ, ਮਿਲਣਾ ਤੇ ਮਿਲਣੀ ਤੇ ਰੁੱਸ ਜਾਂਗੀ ਸਾਡਾ ਲਈ, ਮਿਹਨਤਾਂ ਤੂੰ ਕਰਕੇ ਮਨਾਈ ਵੇ, ਮੇਰਾ ਲੌਂਗ ਵਾਚਾ ਨਿਗਾ ਮਾਰ, ਨਿਗਾ ਨਿਗਾ ਮਾਰਦਾ ਆਈ ਵੇ, ਮੇਰਾ ਲੌਂਗ ਵਾਚਾ ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾ ਆਈ, ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾ ਆਈ, ਜੀਰੇ ਵਾਲਿਆ ਵੇਖਦਾ ਆਈ ਵੇ, ਮੇਰਾ ਲੌਂਗ ਵਾਚਾ, ਲੌਂਗ ਵਾਚਾ। ਓਕੇ ਪ੍ਰੀਤ, ਕੀ ਬਾਤ ਹੈ, ਦੂਜਿਆਂ ਨੂੰ ਬਹੁਤ ਬਹੁਤ ਪਿਆਰ, ਪ੍ਰੇਮ ਪਿਆਰ ਭਰੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਪਰ ਇਹ ਕ੍ਰਿਸਮਸ, ਕ੍ਰਿਸਮਸ ਨੰਗਿਆ ਹੁਣ ਆਪਾਂ ਜਿਹੜਾ ਹੈਗਾ ਆ ਤੇ 19 ਵੀ ਨੰਗ ਚੱਲਿਆ ਹੁਣ। ਅੱਛਾ ਮੈਨੂੰ ਇਹ ਇੱਕ ਗੱਲ ਦੱਸੋ ਕਿ 2019 ਦੇ ਵਿੱਚ ਕੁਝ ਖਾਸ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ? ਬੇਟਾ ਖਾਸ ਤੇ ਹੁੰਦੇ ਹੀ ਰਹਿੰਦੇ ਨੇ ਹਨਾ, ਵੀ ਚਲੋ ਖਾਸ ਹੈ ਹੀ ਹੁੰਦਾ ਹੈ ਵੀ ਤੰਦਰੁਸਤੀ ਜੀਆਂ ਦੀ, ਰਾਜੀ ਖੁਸ਼ੀ ਰਹੇ ਤੇ ਜਿਹੜਾ ਸਾਲ ਹੈ ਸਾਲ ਚ ਕੋਈ ਏਦਾਂ ਦਾ ਗੱਲ ਨਾ ਹੋਏ ਜਿਹੜੀ ਆਪਾਂ ਨੂੰ ਕੋਈ ਸੱਟ ਵੱਜੇ, ਪਰ ਉਹ ਬਹੁਤ ਸੋਹਣਾ ਵਧੀਆ ਹਰਿਆ ਭਰਿਆ ਫਲਵਾੜੀ ਰਹੀ ਹੈ, ਜਿਵੇਂ ਅੱਗੋਂ
ਅੱਗੋਂ ਅੱਗੋਂ ਵੀ ਮਹਾਰਾਜ ਆਈ ਕਰੇ ਇੱਕ ਜਗ੍ਹਾ ਤੂੰ ਘਰ ਵੇਚ ਕੇ ਦੂਜੀ ਥਾਂ ਵੱਡਾ ਲੈ ਲਿਆ ਤੇ ਇਵੇਂ ਹੀ ਮਹਾਰਾਜ ਫੁਲਕਾਰੀ ਕੜਾਈ ਰੱਖੇ ਹਨਾ ਖਿੜੀ ਰਵੇ ਬਿਲਕੁਲ ਪ੍ਰੀਤ ਤੇ ਦੂਜੇ ਵੀ ਇਹਨਾਂ ਦੀ ਵੀ ਖਿੜੀ ਰੇ ਦੁਪਹਿਰ ਹੈ ਰੱਜ ਰੱਜ ਕੇ ਸੁੱਖ ਲੈਣ ਅੱਜ ਸਾਡੀ ਗੱਲ ਹੋ ਰਹੀ ਹੈ ਜੀ ਤੁਸੀਂ ਦੱਸੋ ਜੀ 2019 ਕਿੱਦਾਂ ਗਿਆ ਤੁਹਾਡਾ ਬੇਟਾ ਬਹੁਤ ਵਧੀਆ ਗਿਆ ਕਿਉਂਕਿ ਜਿਹੜਾ ਸੁੱਖ ਦਾ ਸਾਲ ਨਿਕਲ ਜਾਏ ਉਹਦੇ ਨਾਲ ਦੀ ਰੀਸ ਕੋਈ ਸੁੱਖ ਦਾ ਮਹੀਨਾ ਨਿਕਲ ਜਾਏ ਸੁੱਖ ਦਾ ਜਿਹੜਾ ਸਾਲ ਨਿਕਲ ਜਾਏ ਜੀ ਆਪਣੀ ਆਪਣੀ ਜਗ੍ਹਾ ਖੁਸ਼ ਨੇ ਅਸੀਂ ਆਪਣੀ ਜਗ੍ਹਾ ਖੁਸ਼ ਹਾਂ ਤੇ ਬਹੁਤ ਵਧੀਆ ਪ੍ਰੀਤ ਜੀ ਗਿਆ ਜਿੰਨਾ ਵੀ ਮੈਂ ਕਹਿੰਦਾ ਤੁਹਾਡੇ ਜਸ ਪੰਜਾਬੀ ਦੇ ਜਿੰਨੇ ਵੀ ਹੈਗੇ ਨੇ ਅਸੀਂ ਸਾਰਿਆਂ ਨੂੰ ਇਹੋ ਹੀ ਵਿਸ਼ ਕਰਦੇ ਹਾਂ ਕਿ ਤੁਸੀਂ ਵੀ ਖੁਸ਼ ਰਹੋ ਆਉਣ ਵਾਲਾ ਸਾਲ ਤੁਹਾਨੂੰ ਖੁਸ਼ੀ ਭਰਿਆ ਆਵੇ ਤੁਹਾਡੇ ਹਰ ਮਨੋ ਕਾਮਨਾ ਨੇ ਜਿਹੜੀਆਂ ਦਿਲ ਦੀਆਂ ਪੂਰੀਆਂ ਹੋਣ ਬਿਲਕੁਲ ਜੀ ਬਿਲਕੁਲ ਅਸੀਂ ਵੀ ਇਹੀ ਵਿਸ਼ ਕਰਦੇ ਹਾਂ ਜੀ ਤੁਸੀਂ ਇਦਾਂ ਹੀ ਆਂਟੀ ਨੂੰ ਨੰਬਰ ਮਿਲਾ ਮਿਲਾ ਕੇ ਦਿੰਦੇ ਰਹੋ ਇਹਦੇ ਬੇਟੇ ਮੈਨੂੰ ਨੌਕਰ ਰੱਖੇ ਇਹਨੇ ਕਿਉਂਕਿ ਅੰਕਲ ਨੰਬਰ ਮਿਲਾ ਕੇ ਦਿੰਦੇ ਨੇ ਵੀ ਕਹਿੰਦੇ ਨੇ ਆਜੋ ਨੰਬਰ ਮਿਲ ਗਿਆ ਚੱਕ ਲਿਆ ਤੇਰਾ ਨੰਬਰ ਤੇ ਤੁਸੀਂ ਇਹ ਬੇਟਾ ਮੈਨੂੰ ਮੈਨੂੰ ਕਹਿੰਦੀ ਜਾਣਾ ਨਹੀਂ ਕਿਤੇ ਜਿੰਦੇ ਕਰ ਮੈਂ ਇੱਥੇ ਨਹੀਂ ਨਹੀਂ ਗੱਲ ਸਮਝ ਇਹ ਸੁਣਾਵਾਂ ਕਿ ਤੂੰ ਕਹਿ ਰਹੀ ਹੈ ਨਹੀਂ ਨਹੀਂ ਅੱਛਾ ਆਂਟੀ ਉਹਨਾਂ ਨੂੰ ਕਹਿ ਰਹੇ ਨੇ ਕਿ ਗਾਣਾ ਸੁਣਾਓ ਵੈਰੀ ਨਾਈਸ ਚਲੋ ਥੈਂਕ ਯੂ ਅੱਛਾ ਅੰਕਲ ਜੀ ਸੁਣਾਓ ਫਿਰ ਗਾਣਾ ਤੁਸੀਂ ਸੁਣਾਇਆ ਨਹੀਂ ਕਦੀ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਕੀ ਕਰਾਂਗਾ ਪਿਆਰ ਦੀ ਲੁੱਟੀ ਬਹਾਰ ਨੂੰ ਸਜੀਆਂ ਸਜਾਈਆਂ ਮਹਿਫਲਾਂ ਗੁੰਦੇ ਸ਼ਿੰਗਾਰ ਨੂੰ ਜੇ ਬੋਲਿਆ ਤਾਂ ਕਹਿਣਗੇ ਦੀਵਾਨਾ ਹੋ ਗਿਆ ਜੇ ਬੋਲਿਆ ਤਾਂ ਕਹਿਣਗੇ ਦੀਵਾਨਾ ਹੋ ਗਿਆ ਨਾ ਬੋਲਿਆ ਤਾਂ ਕਹਿਣਗੇ ਬਗਾਨਾ ਹੋ ਗਿਆ ਲੋਕਾਂ ਦੀ ਇਸ ਬਾਣ ਨੂੰ ਕਿੱਦਾਂ ਫੜਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਸੱਜਣਾ ਜਰਾ ਕੁ ਠਹਿਰ ਜਾ ਸਜਦਾ ਤਾਂ ਕਰ ਲਵਾਂ ਸੱਜਣਾ ਜਰਾ ਕੁ ਠਹਿਰ ਜਾ ਸਜਦਾ ਤਾਂ ਕਰ ਲਵਾਂ ਅਥਰੂ ਨਾ ਕੋਈ ਦੇਖ ਲੇ ਪਰਦਾ ਤਾਂ ਕਰ ਲਵਾਂ ਇਹ ਜਾਣ ਵਾਲੇ ਅਲਵਿਦਾ ਇੰਨੀ ਕਹਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਪੀੜ ਤੇਰੇ ਜਾਣ ਦੀ ਫਟਾਫਟ ਬ੍ਰੇਕ ਲੈ ਲੈਂਦੇ ਹਾਂ ਬ੍ਰੇਕ ਚ ਅਸੀਂ ਹੁਣੇ ਗਏ ਤੇ ਹੁਣੇ ਵਾਪਿਸ ਆਏ ਤੁਸੀਂ ਕਿਤੇ ਨੀ ਜਾਣਾ ਹੈ ਕਿਉਂਕਿ ਅਸੀਂ ਕਾਲ ਤੁਹਾਨੂੰ ਕਰਨਾ ਹੈ ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਇਸ ਸਾਲ ਦੇ 2019 ਦੇ ਲਾਸਟ ਡੇਲੀ ਡੋਜ ਦੇ ਵਿੱਚ ਸੋ ਜੀ ਇਸ ਡੇਲੀ ਡੋਜ ਨੂੰ ਅਸੀਂ ਸੋਚਿਆ ਕਿ ਸਪੈਸ਼ਲ ਬਣਾਇਆ ਜਾਵੇ ਕਿਉਂਕਿ 2019 ਬਹੁਤ ਸਪੈਸ਼ਲ ਨਿਕਲਿਆ ਸਾਡਾ ਤੁਹਾਡੇ ਨਾਲ ਵੀ ਬਹੁਤ ਸਪੈਸ਼ਲ ਨਿਕਲਿਆ ਅਸੀਂ ਦੋਨੋਂ ਹਮੇਸ਼ਾ ਹੀ ਹਾਜ਼ਰ ਹੋਏ ਹਾਂ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਅਤੇ ਅੱਜ ਫਿਰ ਅਸੀਂ ਸੋਚਿਆ ਕਿ ਦੋਨੋਂ ਹੀ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਜਾਂਦੇ ਹਾਂ ਅਤੇ ਅੱਜ ਇੱਕ ਵਾਰੀ ਜਿਨ੍ਹਾਂ ਨੇ ਹੁਣੇ ਹੁਣੇ ਟੀ ਵੀ ਔਨ ਕੀਤਾ ਉਹਨਾਂ ਨੂੰ ਦੱਸ ਦਈਏ ਜੀ ਅੱਜ ਥੋੜ੍ਹਾ ਜਿਹਾ ਟਵਿਸਟ ਹੈਗਾ ਔਰ ਤੁਹਾਡੇ ਨੰਬਰ ਨਹੀਂ ਲੱਗਣਗੇ
ਅੱਜ ਕਿਉਂਕਿ ਅਸੀਂ ਤੁਹਾਨੂੰ ਕਾਲ ਕਰ ਰਹੇ ਹੈਗੇ ਆ ਜੀ, ਤੇ ਇਹ ਮੇਰੇ ਕੋਲ ਸਲਿਪਸ ਬਹੁਤ ਪਈਆਂ ਨੇ, ਇਹਨਾਂ ਦੇ ਵਿੱਚੋਂ ਮੈਂ ਇੱਕ ਇੱਕ ਚੱਕਾਂਗੀ, ਜਿਨ੍ਹਾਂ ਦਾ ਵੀ ਨਾਮ ਆਇਆ ਉਹਨਾਂ ਨੂੰ ਸਾਡੇ ਵੱਲੋਂ ਕਾਲ ਜਾਏਗੀ। ਸੋ ਨਾਜ਼ ਫਿਰ ਅਗਲੇ ਕਾਲ ਲੈ ਲਈਏ, ਜ਼ਰੂਰ ਜ਼ਰੂਰ ਦੇਖਦੇ ਹਾਂ ਵੀ ਕਿਹੜੇ ਆਉਂਦੇ ਨੇ। ਨੰਬਰ ਉਹਨਾਂ ਦਾ ਲੱਭਿਆ ਜਾਵੇ। ਹਾਂ ਆ ਗਿਆ ਨੰਬਰ ਤੇ, ਕਾਲ ਕਰਦੇ ਹਾਂ। ਮਜ਼ਾ ਆਇਆ ਵੈਸੇ, ਬਹੁਤ ਗਾਣਾ ਬੜਾ ਅੱਛਾ ਸੀ ਜੀ। ਰਿੰਗ ਜਾ ਰਹੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪਹਿਚਾਨ ਲਿਆ ਕਿ ਅੱਜ ਡੇਲੀ ਡੋਸ ਤੋਂ ਕਾਲ ਆ ਗਿਆ ਮੈਨੂੰ? ਬਿਲਕੁਲ ਜੀ, ਮੈਂ ਕਿਹਾ ਅਸੀਂ ਸੋਚਿਆ ਕਿ ਅੱਜ ਕੁਛ ਟਵਿਸਟ ਕੀਤਾ ਜਾਵੇ ਨਾ, ਕਿਉਂਕਿ 2019 ਦਾ ਇਹ ਲਾਸਟ ਡੇਲੀ ਡੋਜ਼ ਆ, ਹੁਣ ਅਗਲੇ ਸਾਲ ਮੁਲਾਕਾਤ ਹੋਣੀ ਆ ਤੁਹਾਡੇ ਨਾਲ। ਤੁਹਾਡੀਆਂ ਬਹੁਤ ਬਹੁਤ ਤਾਰੀਫਾਂ ਕਰਦੀ ਹੈ ਸਾਰੀ ਦੁਨੀਆ, ਜਿਹੜਾ 10 ਪੰਜਾਬੀ ਦੀਆਂ ਤੇ 10 ਪੰਜਾਬੀ ਜਿਹੜਾ ਇਹ ਬਹੁਤ ਤਰੱਕੀਆਂ ਕਰੇ, ਇਹ ਮੇਰੀ ਅਰਦਾਸ ਹੈ ਵਾਹਿਗੁਰੂ ਅੱਗੇ। ਤੇ ਸਾਡਾ ਸਾਰਿਆਂ ਦਾ ਤੁਸੀਂ ਦਿਲ ਲਾ ਰੱਖਿਆ ਹੈ, ਲਾ ਰੱਖਿਆ ਹੋਇਆ ਡੇਲੀ ਡੋਜ਼ ਨਾਲ। ਕਿਉਂਕਿ ਤਾਨੇ ਮਾਰਨ ਵਾਲਿਆਂ ਦੀ ਕਮੀ ਨਹੀਂ ਹੈ, ਮੁਸਕਰਾਣੇ ਦੀ ਆਦਤ ਡਾਲਾਂਗਾ ਕਿਉਂਕਿ ਰੁਲਾਣੇ ਵਾਲਿਆਂ ਦੀ ਕਮੀ ਨਹੀਂ ਹੈ, ਉੱਪਰ ਉੱਠਣ ਦੀ ਆਦਤ ਪਾਵਾਂਗਾ ਕਿਉਂਕਿ ਲੱਤਾਂ ਖਿੱਚਣ ਵਾਲਿਆਂ ਦੀ ਕਮੀ ਨਹੀਂ ਹੈ, ਤਾਰੀਫ ਕਰਨੇ ਦੀ ਆਦਤ ਪਾਵਾਂਗਾ ਕਿਉਂਕਿ ਗਲਤੀ ਕੱਢਣ ਵਾਲਿਆਂ ਦੀ ਕਮੀ ਨਹੀਂ ਹੈ, ਤੇ ਹਰ ਨਿਊ ਈਅਰ ਸਭ ਦੇ ਲਈ ਵਧੀਆ ਆਵੇ ਆਪਣੀ ਅਰਦਾਸ ਦੇ ਵਿੱਚ ਮੈਂ ਸ਼ਾਮਿਲ ਕਰਾਂਗਾ ਪ੍ਰੀਤ ਤੇ ਨਾਜਿਸ਼ ਨੂੰ ਮੈਂ ਕਿਵੇਂ ਭੁੱਲ ਸਕਦਾ ਜਿਹਨੇ ਇੰਨੀਆਂ ਖੁਸ਼ੀਆਂ ਨਾਲ ਸਾਡੇ ਵਿਹੜੇ ਵਿੱਚ ਰੌਣਕਾਂ ਲਿਆਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਥੈਂਕ ਯੂ ਜੀ। ਅੱਛਾ ਅੰਕਲ ਜੀ, ਤੁਸੀਂ ਦੱਸੋ 2019 ਤੁਹਾਡਾ ਕਿੱਦਾਂ ਦਾ ਨਿਕਲਿਆ, ਖੁਸ਼ੀਆਂ ਵਾਲਾ ਜਾਂ ਕਿਤੇ ਨਾ ਕਿਤੇ ਕੁਛ ਕਮੀਆਂ ਵੀ ਸੀਗੀਆਂ ਕਿ ਖੁਸ਼ੀਆਂ ਹੀ ਖੁਸ਼ੀਆਂ ਸੀ? ਨਹੀਂ, ਪਿਛਲੇ ਸਾਲ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਸੀ, ਪਰ ਇਸ ਸਾਲ ਦੇ ਵਿੱਚ ਮੇਰਾ ਵਾਅਦਾ ਹੈ ਕਿ ਉਹਨਾਂ ਕਮੀਆਂ ਨੂੰ ਮੈਂ ਧਾ ਕੇ ਆਪਣੇ ਪਿਛਲੇ ਕਦਮ ਨਾਲੋਂ ਅਗਲਾ ਕਦਮ ਵਧੀਆ ਪੁੱਟਣ ਦੀ ਕੋਸ਼ਿਸ਼ ਕਰਾਂਗਾ। ਬਿਲਕੁਲ ਜੀ, ਜੋ ਕਮੀਆਂ 2019 ਦੇ ਵਿੱਚ ਰਹਿ ਗਈਆਂ, ਜੋ ਕਮੀਆਂ 2019 ਦੇ ਵਿੱਚ ਰਹਿ ਗਈਆਂ ਉਹ 20 ਦੇ ਵਿੱਚ ਪੂਰੀਆਂ ਹੋ ਜਾਣਗੀਆਂ, ਹੈ ਨਾ? ਮੁਬਾਰਕਾਂ ਪੂਰੀ ਖਲਕਤ ਨੂੰ, ਪੂਰੀ ਦੁਨੀਆ ਵਿਚ ਹਰੇਕ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। 2019 ਦਾ ਨੂੰ ਅਸੀਂ ਚਾਹੁੰਦੇ ਹਾਂ ਕਿ ਬਾਏ ਬਾਏ ਖੁਸ਼ੀ ਦੇ ਨਾਲ ਕੀਤੀ ਜਾਵੇ, ਹੈ ਨਾ? ਬਿਲਕੁਲ ਜੀ, ਇਹੀ ਚਾਹੁੰਦੇ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਡੇਲੀ ਡੋਜ਼ ਸਾਡਾ ਨੀ ਹੈਗਾ, ਸਾਡੇ ਵਿਊਅਰਸ ਦਾ ਹੀ ਹੈਗਾ, ਕਿਉਂਕਿ ਤੁਹਾਡੇ ਨਾਲ ਹੀ ਅੱਗੇ ਵੱਧਦੇ ਹੈਗੇ ਆ ਅਸੀਂ। ਜਦੋਂ ਤੁਸੀਂ ਹੁੰਗਾਰਾ ਭਰਦੇ ਹੋ, ਅਸੀਂ ਕੋਈ ਵੀ ਟੋਪਿਕ ਲੈ ਕੇ ਆਈਏ ਤੇ ਤਾਂ ਹੀ ਅੱਗੇ ਵੱਧਦੇ ਆ, ਤਾਂ ਹੀ ਵਧੀਆ ਲੱਗਦਾ ਹੈ। ਤੇ 2020 ਦੇ ਵਿੱਚ ਵੀ ਆਈ ਹੋਪ ਇਦਾਂ ਹੀ ਅੱਗੇ ਵਧੀਆ। ਸੋ ਅੱਛਾ ਨਾਜ਼,
ਇਹ ਤਾਂ ਦੱਸਦਾ ਤੁਸੀਂ ਕਿ ਕੀ ਬੈਸਟ ਹੋਇਆ। ਸੋ ਕਿਹੜੀ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਕਮੀਆਂ ਸੀ ਜਿਹਨਾਂ ਨੂੰ ਤੁਸੀਂ ਕੰਪਲੀਟ ਕਰੋਗੇ ਅੱਗੇ ਜਾ ਕੇ? ਪਤਾ 2019 ਦੇ ਵਿੱਚ ਮੇਰਾ ਗਲਾ ਬਹੁਤ ਖਰਾਬ ਰਿਹਾ, ਮੈਂ ਉਹ ਕਮੀ ਹੁਣੇ ਖਰਾਜ ਹੋ ਰਹੀ ਹੈ ਮੈਨੂੰ ਵੀ। ਸੋ ਉਹ ਥੋੜ੍ਹਾ ਮੈਂ ਉਹਦਾ ਧਿਆਨ ਰੱਖਾਂਗੀ, ਬਿਕੋਜ਼ ਬਹੁਤ ਬੋਲਣਾ ਪੈਂਦਾ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਬਹੁਤ ਸਾਰੇ ਕੰਮ ਹੁੰਦੇ ਨੇ, ਉਹਦੇ 'ਚ ਗਲਾ ਸਭ ਤੋਂ ਜ਼ਿਆਦਾ ਵਧੀਆ ਰੱਖਣਾ ਚਾਹੀਦਾ ਹੈਗਾ ਸਾਨੂੰ, ਖਾਸ ਕਰਕੇ ਧਿਆਨ ਰੱਖਣਾ ਚਾਹੀਦਾ। ਤੁਸੀਂ ਵੀ ਸਾਰੇ ਆਪਣੇ ਗਲੇ ਦਾ ਖਾਸ ਖਿਆਲ ਰੱਖਿਓ, ਕਿਉਂਕਿ ਮੌਸਮ ਚੇਂਜ ਹੁੰਦਾ। ਵੈਸੇ ਇਹ ਗੱਲ ਕਰਨ ਦਾ ਕੋਈ ਮਤਲਬ ਨਹੀਂ, ਮਜ਼ਾ ਆ ਰਿਹਾ ਮੈਨੂੰ ਗੱਲ ਕਰਦੇ ਹੋਏ, ਔਰ ਚੰਗਾ ਲੱਗ ਰਿਹਾ ਕਿ ਅੱਜ ਬਹੁਤ ਡਿਫਰੈਂਟ ਤਰੀਕੇ ਨਾਲ ਅਸੀਂ ਡੇਲੀ ਡੋਜ਼ ਨੂੰ ਪੇਸ਼ ਕਰ ਰਹੇ ਹਾਂ, ਔਰ ਤੁਹਾਨੂੰ ਵੀ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੋਏਗਾ। ਤੁਸੀਂ ਕਾਲ ਨਹੀਂ ਕਰਨੀ ਕਿਉਂਕਿ ਕਾਲ ਅਸੀਂ ਕਰਨੀ। ਸੋ ਨਾਜ਼ ਮਿਲਣਾ ਤਾਂ ਕੁਝ ਜ਼ਿਆਦਾ ਇਹਨੂੰ ਖੁਸ਼ੀ ਹੈਗੀ ਹੈ। ਮੈਨੂੰ ਬਹੁਤ ਅੱਛਾ ਲੱਗ ਰਿਹਾ ਨਾ ਕਿ ਅਸੀਂ ਕਾਲ ਕਰ ਰਹੇ ਹਾਂ ਔਰ ਬਾਕੀ ਨੂੰ ਸਰਪ੍ਰਾਈਜ਼ ਮਿਲ ਰਿਹਾ। ਵੈਸੇ ਸਰਪ੍ਰਾਈਜ਼ ਮੈਨੂੰ ਬਹੁਤ ਚੰਗੇ ਲੱਗਦੇ ਨੇ, ਲੇਕਿਨ ਅੱਜ ਮੈਂ ਸਰਪ੍ਰਾਈਜ਼ ਦੇ ਰਹੀ ਹਾਂ ਤੇ ਬਹੁਤ ਵਧੀਆ ਲੱਗ ਰਿਹਾ। ਹਾਂ ਬਿਲਕੁਲ ਜੀ ਬਿਲਕੁਲ, ਅੱਜ ਆਪਾਂ ਸਭ ਨੂੰ ਸਰਪ੍ਰਾਈਜ਼ ਦੇ ਰਹੇ ਹਾਂ। ਤੇ ਵੀ ਵੈਸੇ ਮੈਂ ਤਾਂ 2019 ਦੇ ਵਿੱਚ ਮੈਨੂੰ ਲੋਕਾਂ ਨੇ ਘੱਟ ਹੀ ਸਰਪ੍ਰਾਈਜ਼ ਦਿੱਤੇ। ਮੈਂ ਹੁਣ ਬਸ ਇਹੀ ਸਾਰਿਆਂ ਨੂੰ ਜਿਹੜੇ ਵੀ ਮੇਰੇ ਆਪਣੇ ਆਈਏ ਨੇ ਨਾ, ਸਭ ਨੂੰ ਕਹੂੰਗੀ ਦੋਸਤ ਮੈਨੂੰ ਬੜੇ ਵਧੀਆ ਲੱਗਦੇ ਨੇ ਕੋਈ ਸਰਪ੍ਰਾਈਜ਼। ਮੈਨੂੰ ਤਾਂ ਸਰਪ੍ਰਾਈਜ਼ ਅੱਛੇ ਲੱਗਦੇ ਆ, ਸਰਪ੍ਰਾਈਜ਼ ਸ਼ੋਪਿੰਗ ਐਂਡ ਵਧੀਆ ਵਧੀਆ ਚੀਜ਼ਾਂ, ਡਿਫਰੈਂਟ ਕਾਈਂਡ ਆਫ ਸਰਪ੍ਰਾਈਜ਼ ਜਿਹੜੇ ਨੇ, ਘੁੰਮਣਾ ਫਿਰਨਾ ਬਹੁਤ ਪਸੰਦ ਹੈ। ਹਾਂ ਬਿਲਕੁਲ। ਅੱਛਾ 2019 ਦੇ ਵਿੱਚ ਘੁੰਮੇ ਕਿੱਥੇ ਕਿੱਥੇ ਤੁਸੀਂ? 2019 ਦੇ ਵਿੱਚ ਘੁੰਮੀ ਤਾਂ ਮੈਂ ਬਹੁਤ ਹੈ। ਅੱਛਾ, ਹਰ ਸ਼ਨੀ ਐਤਵਾਰ ਘੁੰਮਣ ਹੀ ਜਾਈਦਾ ਸੀ ਅਸੀਂ ਤੇ, ਪਰ 2019 ਦੇ ਵਿੱਚ ਮੈਂ ਇੰਡੀਆ ਦੇ ਵਿੱਚ ਹੀ ਘੁੰਮੀ ਹਾਂ ਫਿਲਹਾਲ। ਲਾਈਕ ਹਿਲਸ ਵਿੱਚ ਕਾਫੀ ਜ਼ਿਆਦਾ ਗਏ ਹਾਂ, ਵੀ ਇੱਧਰ ਸ਼ਿਮਲਾ ਤਾਂ ਚਲੋ ਆਪਣਾ ਨਾਲ ਦਾ ਹੀ ਹੈਗਾ ਹੈ ਨਾ, ਸ਼ਿਮਲਾ ਤੇ ਅਸੀਂ ਨਜ਼ਦੀਕ ਹੀ ਹੈਗਾ ਨਾ, ਗੁਆਂਢੀਆਂ ਦੇ ਘਰ ਜਾਣਾ, ਕੁਛ ਲੈਣ ਚਲੇ ਜਾਈਦੇ, ਹਫਤੇ 'ਚ ਇੱਕ ਵਾਰ ਤੇ ਚਲੇ ਹੀ ਜਾਈਦਾ ਨਾ, ਚਲੇ ਹੀ ਜਾਈਦਾ। ਸ਼ਿਮਲਾ ਕਸੌਲੀ ਤੇ ਸਾਡਾ ਬਸ ਇੱਦਾਂ ਹੀ ਆ ਬਸ, ਹੁਣ ਚਲੋ ਠੀਕ ਹੈ ਜੀ, ਕਸੌਲੀ ਜਾ ਜਾਂਦੇ, ਸੁੱਤੇ ਸੁੱਤੇ ਉੱਠਿਆ ਚਲੋ ਕਸੌਲੀ ਜਾ ਜਾਂਦੇ ਹਾਂ ਨਾ, ਚਲੋ ਸ਼ਿਮਲਾ ਜਾ ਜਾਂਦੇ। ਕਸੌਲੀ ਵਾਲਿਆਂ ਨੂੰ ਵੀ ਹੋ ਗਿਆ ਕਿ ਅੱਛਾ ਉਹ ਨਹੀਂ ਆਏ ਇਸ ਵਾਰ, ਹਰ ਸ਼ਨੀ ਐਤਵਾਰ ਸਾਡੇ ਚਿਹਰੇ ਜ਼ਿਆਦਾਤਰ ਦਿਖਦੇ ਹੀ ਨੇ ਉਹਨਾਂ ਨੂੰ। ਸੋ ਹੁਣ ਪਰ ਮੈਂ ਸੋਚਦੀ ਹਾਂ ਵੀ ਹੁਣ ਥੋੜ੍ਹਾ ਜਿਹਾ ਬਾਹਰ ਨਿਕਲਾਂਗੇ 2020 ਦੇ ਵਿੱਚ। ਮੇਰਾ ਇਹ ਹੈ ਕਿ ਇੰਡੀਆ ਨੂੰ ਛੱਡ ਕੇ ਥੋੜ੍ਹਾ ਜਿਹਾ ਬਾਹਰ ਜਾ ਕੇ ਆਉਣਾ, ਔਰ ਮੈਂ ਸੋਚਦੀ ਨਹੀਂ, ਬੜਾ ਵਧੀਆ ਸਾਡੇ ਤਾਂ ਵਿਊਅਰਸ, ਸਾਡਾ ਤਾਂ ਫ੍ਰੀ 'ਚ ਹੀ ਸਰ ਜਾਣਾ, ਸਾਰੇ ਦੇ ਘਰ 10-10 ਦਿਨ ਰਹਿਵਾਂਗੇ, 10-10 ਦਿਨ। ਮੈਂ ਤਾਂ ਸੋਚ ਰਹੀ ਇੱਕ ਇੱਕ ਮਹੀਨਾ ਵੀ ਅਸੀਂ ਰਹਾਂਗੇ ਤੇ ਸਾਡੇ ਪਤਾ ਨਹੀਂ ਕਿੰਨੇ ਸਾਲ ਨਿਕਲ ਜਾਣਗੇ, ਕਿੰਨੇ ਸਾਲ ਨਿਕਲ ਜਾਣਗੇ ਨਾ। ਜਿੱਦਾਂ ਮੇਰਾ ਮੈਂ ਸ਼ੇਅਰ ਵੀ ਕੀਤਾ ਹੋਇਆ ਕਿ ਮੇਰਾ ਡ੍ਰੀਮ ਹੀ ਇਹ ਹੈਗਾ ਵਰਲਡ ਟੂਰ ਤੇ ਜਾਣ ਦਾ, ਤੇ ਮੈਨੂੰ ਲੱਗਦਾ ਮੇਰਾ ਵਰਲਡ ਟੂਰ ਤਾਂ ਵਾਵਾ ਇੱਦਾਂ ਹੀ ਹੋ ਜਾਣਾ। ਦੇਖੀ ਜਾਈਏ ਹੋਣਾ ਵੀ ਚਾਹੀਦਾ ਹੈ, ਸਾਡੇ ਸਾਰੇ ਵਿਊਅਰਸ ਹੈ ਵੀ ਬਹੁਤ ਅੱਛੇ ਅੱਛੇ। ਅਸੀਂ ਇੱਦਾਂ ਹੀ ਤਾਰੀਫ ਕਰ ਰਹੇ ਨਾ ਜਿੱਦਾਂ ਅਸੀਂ ਕੱਲ੍ਹ ਜਾ ਰਹੇ ਹਾਂ ਤੇ ਸਾਰਿਆਂ ਨੂੰ ਇੱਦਾਂ ਲਾਲਚ ਦੇ ਰਹੇ ਕਿ ਅਸੀਂ ਕੱਲ੍ਹ ਆ ਰਹੇ ਹਾਂ ਤੇ ਸਾਡਾ ਧਿਆਨ ਰੱਖਿਓ, ਸਾਡਾ ਧਿਆਨ ਰੱਖਿਓ ਬਸ, ਬਿਲਕੁਲ ਬਿਲਕੁਲ ਜੀ। ਸੋ 2020 ਜਿਹੜਾ ਆਉਣ ਵਾਲਾ ਹੈਗਾ ਔਰ 2019 ਨੂੰ ਅਸੀਂ ਬਾਏ ਬਾਏ ਕਹਿ ਰਹੇ ਹਾਂ, 2019 ਦੇ ਵਿੱਚ ਜਿਹੜੇ ਸੁਪਨੇ ਅਸੀਂ ਪੂਰੇ ਨਹੀਂ ਕਰ ਸਕੇ ਹਾਂ, ਅਸੀਂ ਚਾਹਾਂਗੇ ਕਿ ਅਸੀਂ ਉਹ 2020 ਦੇ ਵਿੱਚ ਜ਼ਰੂਰ ਕਰੀਏ। ਬਿਲਕੁਲ ਜੀ ਬਿਲਕੁਲ। ਔਰ ਇੱਕ ਚੀਜ਼ ਹੋਰ ਕਰੀ ਜੀ, 2019 ਦੇ ਵਿੱਚ ਜੇਕਰ ਕੋਈ ਵੀ ਕਮੀਆਂ ਸੀਗੀਆਂ ਜਾਂ ਕੋਈ ਮਾੜੇ ਲੋਕ ਸੀਗੇ ਤੁਹਾਡੀ ਜ਼ਿੰਦਗੀ ਦੇ ਵਿੱਚ, ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਵਿੱਚ ਕੋਈ ਬੁਰਾਈ ਸੀਗੀ, ਕਿਉਂਕਿ ਹਰ ਇਨਸਾਨ ਦੇ ਵਿੱਚ ਅੱਛਾਈ ਬੁਰਾਈ ਹਰ ਚੀਜ਼ ਹੁੰਦੀ ਹੈ, ਸੋ ਕੋਈ ਕਮੀ ਸੀਗੀ ਤੁਹਾਨੂੰ ਲੱਗਦਾ ਤੁਹਾਡੇ ਵਿੱਚ ਕੋਈ ਕਮੀ ਸੀ, ਜਾਂ ਕੁਛ ਲੋਕ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਤੁਹਾਨੂੰ ਖੁਸ਼ ਨਹੀਂ ਰੱਖਿਆ, ਦੁੱਖ ਦਿੱਤੇ ਨੇ, ਜਾਂ ਹੋਰ ਕੋਈ ਚੀਜ਼ ਜਿਹੜੀ ਵੀ ਪ੍ਰੋਬਲਮ ਕ੍ਰੀਏਟ ਕਰਦੀ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ, ਅੱਜ 31 ਤਰੀਕ ਹੈ ਜੀ, ਬਸ ਸਰਵਨਾਸ਼ ਕਰ ਦੋ ਉਹਦਾ, ਤੇ ਹੁਣ ਕਹੋ ਕਿ ਇਹਨੂੰ ਬਸ ਮੈਂ ਅੱਜ ਦੇ 12 ਵਜੇ ਤੱਕ ਹੀ ਹੈ, 12 ਵਜੇ ਤੋਂ ਬਾਅਦ ਮੈਂ ਦੇਖਣਾ ਹੀ ਨਹੀਂ ਹੈਗਾ ਹੁਣ, ਕਿਉਂਕਿ ਨਵਾਂ ਸਾਲ ਚੜ੍ਹਿਆ ਨਾ, ਸਾਰੇ ਦੁੱਖ ਦਰਦ ਤਕਲੀਫਾਂ ਕਮੀਆਂ ਹੈ ਸਭ ਰੋਣਾ ਧੋਣਾ 2019 ਦੇ ਵਿੱਚ ਹੀ ਖਤਮ ਕਰ ਦੇਣਾ ਤੇ ਖੁਸ਼ੀਆਂ ਨੂੰ ਅੱਗੇ ਲੈ ਕੇ ਜਾਣਾ। ਖੁਸ਼ੀਆਂ ਨਹੀਂ ਦਿੰਦੇ ਵੀ ਜ਼ਿਆਦਾ, ਦੁਖੀ ਦੁੱਖ ਤੇ ਮੈਂ ਤਾਂ ਕਹਿੰਦੀ ਹੁੰਦੀ ਬਸ ਠੀਕ ਹੈ ਵੀ ਪਾਸੇ ਹਟ ਜਾਓ। 2019 ਦੇ ਵਿੱਚ ਉਹਨਾਂ ਨੂੰ ਵੀ ਬਾਏ ਬਾਏ ਆਪਾਂ ਨਾਲ ਹੀ ਕਹਿ ਦੇਣਾ, ਕਹਿਣੀ ਵੀ ਚਾਹੀਦੀ ਹੈ। ਤੁਸੀਂ ਵੀ ਕਹੋ ਆਪਣੇ ਜਿੰਨੇ ਵੀ ਤੁਹਾਡੇ ਨੈਗੇਟਿਵ ਇੱਧਰ ਉੱਧਰ ਹੁੰਦਾ ਹੈ, ਕੁਛ ਵੀ ਹੁੰਦਾ ਹੈ, ਪ੍ਰੋਬਲਮ ਹੁੰਦਾ ਹੈ, ਤੁਸੀਂ ਅਗਰ ਕਿਸੇ ਦੇ ਨਾਲ ਕਰਦੇ ਹੋ ਤਾਂ ਤੁਸੀਂ ਵੀ ਥੋੜਾ ਜਿਹਾ ਗੈਪ ਲੈ ਕੇ ਦੇਖ ਲਓ ਕਿ ਸ਼ਾਇਦ ਤੁਹਾਡੀ ਉਹ ਜਿਹੜੀ ਦਿੱਕਤ ਹੈਗੀ ਉਹ ਠੀਕ ਹੋ ਜਾਏ। ਬਿਲਕੁਲ ਜੀ, ਫਿਲਹਾਲ ਆਪਾਂ ਨੂੰ ਥੋੜਾ ਜਿਹਾ ਗੈਪ ਲੈਣਾ ਪੈਣਾ, ਜ਼ਰੂਰ 2-4 ਮਿੰਟ ਦਾ ਗੈਪ ਲੈ ਕੇ, ਜਾਣ ਕੇ ਬ੍ਰੇਕ ਲੈ ਕੇ ਅਸੀਂ ਛੇਤੀ ਛੇਤੀ ਵਾਪਸ ਆਏ। ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਅਸੀਂ ਡੇਲੀ ਡੋਜ਼ ਲੈ ਕੇ, ਤੇ ਡੇਲੀ ਡੋਜ਼ ਦੇ ਵਿੱਚ ਗੱਲ ਜਿਹੜੀ ਚੱਲ ਰਹੀ ਹੈ, ਕਾਹਦੀ ਚੱਲ ਰਹੀ ਹੈ ਜੀ? ਅੱਜ ਜੀ ਬਾਏ ਬਾਏ ਕਰ ਰਹੇ ਹਾਂ, ਜੀ ਹਾਂ ਬਾਏ ਬਾਏ ਕਰ ਰਹੇ ਹਾਂ ਜੀ 2019 ਨੂੰ, ਤੇ ਹੈਲੋ ਹਾਏ ਅਸੀਂ ਕੱਲ ਕਰਾਂਗੇ 2020 ਨੂੰ। ਸੋ 2019 ਦੇ ਵਿੱਚ ਕੀ ਚੱਲ ਰਿਹਾ ਇਹ ਅਸੀਂ ਤੁਹਾਨੂੰ ਪੁੱਛ ਰਹੇ ਹਾਂ, ਔਰ ਕਰ ਰਹੇ ਹਾਂ ਸਰਪ੍ਰਾਈਜ਼ ਕਾਲ। ਸਰਪ੍ਰਾਈਜ਼ ਕਾਲ ਕਿੱਦਾਂ ਕਰ ਰਹੇ ਹਾਂ ਅਸੀਂ,
ਥੋੜੀਆਂ ਜਿਹੀਆਂ ਸਲਿਪਸ ਰੱਖੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਅਸੀਂ ਇੱਕ ਨੰਬਰ ਚੁੱਕਦੇ ਹਾਂ, ਜਿਹੜਾ ਵੀ ਨੰਬਰ ਆਉਂਦਾ ਹੈ ਅਸੀਂ ਉਹਨਾਂ ਨਾਲ ਕਰ ਰਹੇ ਹਾਂ ਗੱਲਬਾਤ। ਸੋ ਸਾਡੇ ਬਹੁਤ ਸਾਰੇ ਕਾਲਰਸ ਦੇ ਨਾਲ ਗੱਲ ਤੇ ਹੋ ਗਈ ਹੈ, ਹੁਣ ਨੈਕਸਟ ਕਿਹੜੇ ਲੱਕੀ ਕਾਲਰ ਨੇ ਇੱਕ ਵਾਰੀ ਫੇਰ ਦੇਖਣਗੇ। ਬਿਲਕੁਲ ਜੀ ਬਿਲਕੁਲ, ਕਿਉਂਕਿ 2019 ਦਾ ਲਾਸਟ ਡੇਲੀ ਡੋਜ਼ ਤੇ ਲਾਸਟ ਸੈਗਮੈਂਟ ਹੈਗਾ ਆ, ਤੇ ਇਸੇ ਕਰਕੇ ਆਪਾਂ ਛੇਤੀ ਛੇਤੀ ਨੰਬਰ ਲੱਭਣੇ ਨੇ। ਮੈਂ ਫੇਰ ਮਿਲਾ ਲਵਾਂ, ਹਨਾ ਇਹਨਾਂ ਸੋਚੇ ਕਿ ਉੱਤੇ ਹੀ ਸੀ, ਹਨਾ ਇਹ ਬੜਾ ਪੰਗਾ ਪੈਂਦਾ ਹੁੰਦਾ ਜਦੋਂ ਖੇਡੀਆਂ ਨਾ, ਬੜੀ ਖੇਡਦੇ ਹੁੰਦੇ ਸੀ ਨਾ, ਬੜੀ ਲੜਾਈ ਪੈ ਜਾਂਦੀ ਸੀ, ਸ਼ਫਲ ਨਹੀਂ ਕੀਤਾ ਚੰਗੇ ਤਰੀਕੇ ਨਾਲ। ਸੋ ਅਗਲੇ ਮੈਂ ਤੁਸੀਂ ਬੁੱਝੋਗੇ ਕਿ ਨਾਮ ਦੱਸਦਾ, ਚਲੋ ਗੈਸਟ ਵੀ ਕਰ ਲਾਂਗੇ, ਵੈਸੇ ਤੇ ਨਾਮ ਵੀ ਬੋਲ ਹੀ ਦਿੰਦੇ ਆ ਅਸੀਂ। ਗਿਆਨ ਸਿੰਘ ਨੈਕਸਟ ਸਾਡੇ ਕਾਲਰ ਨੂੰ ਕਾਲ ਕਰਨ ਚੱਲੇ ਆ ਅਸੀਂ ਜੀ, ਤੇ ਮਿਲਾਓ ਕਾਲ ਫਿਰ ਨੰਬਰ ਲੱਭਦੇ ਆ ਜੀ ਇਹਨਾਂ ਦਾ, ਥੋੜੀ ਹੀ ਦੇਰ ਬਾਅਦ ਨੰਬਰ ਲੱਗ ਜਾਏਗਾ, ਲੱਗ ਜਾਏਗਾ, ਟ੍ਰਿੰਗ ਟ੍ਰਿੰਗ ਹੋਏਗੀ। ਓ ਲੱਭ ਗਿਆ ਲੱਭ ਗਿਆ ਲੱਭ ਗਿਆ ਲੱਭ ਗਿਆ, ਚਲੋ ਚਲ। ਲੈ ਤੁਸੀਂ ਭੁੱਲਦੇ ਹੀ ਨੀ ਸਾਨੂੰ, ਯਾਦ ਅਸੀਂ ਕਿੱਦਾਂ ਕਰੀਏ। ਠੀਕ ਹੈ ਠੀਕ ਹੈ ਪੁੱਤ, ਅਸੀਂ ਵੀ ਨੀ ਭੁੱਲਦੇ ਤੁਹਾਨੂੰ। ਮੈਂ ਟੀਵੀ ਤੇ ਬੈਠਾ ਸੀਗਾ, ਮੇਰਾ ਫੋਨ ਆ ਗਿਆ ਤੇ ਮੈਂ ਤਾਂ ਹੈਰਾਨ ਹੋ ਗਿਆ। ਅੱਛਾ, ਸੋ ਅੱਜ ਤੇ ਸੋਚਿਆ ਹੋਣਾ, ਮੈਂ ਅਸੀਂ ਕਿਹਾ ਵੀ ਅੱਗੇ ਸਭ ਕਾਲ ਕਰਦੇ ਨੇ, ਅੱਜ ਫਿਰ ਅਸੀਂ ਫੋਨ ਕਰੀਏ। ਇਹ ਤਾਂ ਅੱਜ ਕਮਾਲ ਕਰਤੀ ਤੁਸੀਂ ਬਈ, ਬਿਲਕੁਲ। ਤੇ ਅੰਕਲ ਜੀ ਫਿਰ 2019 ਨੂੰ ਅੱਜ ਆਪਾਂ ਸਾਰਿਆਂ ਨੇ ਇਕੱਠੇ ਮਿਲ ਕੇ ਬਾਏ ਬਾਏ ਕਹਿਣਾ ਆ, ਤਾਂ ਕਿ ਬਹੁਤ ਵਧੀਆ ਤਰੀਕੇ ਦੇ ਨਾਲ 2019 ਨੂੰ ਆਪਾਂ ਬਾਏ ਬਾਏ ਕਰੀਏ। ਤੇ ਕਿੱਦਾਂ ਗਿਆ ਤੁਹਾਡਾ ਫਿਰ 2019? 2019 ਪੁੱਤਰਾ ਬਹੁਤ ਹੀ ਵਧੀਆ ਰਿਹਾ, ਲਾਸਟ ਵਿੱਚ ਜਾ ਕੇ ਤਾਂ ਬੜਾ ਵਧੀਆ ਹੋ ਗਿਆ ਜੋ ਤੁਹਾਨੂੰ ਮਿਲ ਰਿਹਾ ਸੀ। ਸਾਡਾ 2019 ਸਫਲ ਹੋ ਗਿਆ ਸਾਡਾ, ਤੇ ਪਹਿਲੋਂ ਖੈਰ ਸਾਰਾ ਸਾਲ ਹੀ ਵਧੀਆ ਲੰਘ ਗਿਆ ਤੁਹਾਡੇ ਨਾਲ ਗੱਲਾਂ ਬਾਤਾਂ, ਉੱਦਾਂ ਕਰਦੇ ਸੀ ਦੂਰ ਬੈਠੇ, ਜਦੋਂ ਸਿੱਧਾ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਗਈਆਂ ਤੇ ਜ਼ਿਆਦਾ ਹੀ ਵਧੀਆ ਹੋ ਗਿਆ, ਸਫਲ ਹੋ ਗਿਆ ਸਾਡਾ ਤਾਂ 2019। ਅਸੀਂ ਬਹੁਤ ਖੁਸ਼ਕਿਸਮਤ ਆ। ਬਿਲਕੁਲ ਜੀ, ਸਾਨੂੰ ਵੀ ਬਹੁਤ ਵਧੀਆ ਲੱਗਾ ਜੀ, ਤੇ ਕਿਉਂਕਿ ਹਮੇਸ਼ਾ ਗੱਲਬਾਤ ਹੁੰਦੀ, ਤੁਸੀਂ ਤਾਂ ਸਾਨੂੰ ਸਭ ਦੇਖ ਸਕਦੇ ਹੋ, ਅਸੀਂ ਤੁਹਾਨੂੰ ਦੇਖ ਨਹੀਂ ਸਕਦੇ। ਸੋ ਸਾਡੇ ਜਦੋਂ ਤੁਸੀਂ ਮਿਲਣ ਆਏ ਇਸ ਵਾਰੀ, ਮੈਨੂੰ 4-5 ਵਿਅਰਸ ਹੈਗੇ ਨੇ ਜਿਹੜੇ ਸਾਡੇ ਇਸ ਵਾਰੀ ਮੁਲਾਕਾਤ ਹੋਈ, ਕੁਛ ਮਿਲਣ ਆਏ ਔਰ ਕਿਸੇ ਦੇ ਨਾਲ ਅਚਾਨਕ ਹੀ ਮੁਲਾਕਾਤ ਹੋ ਗਈ, ਤਾਂ ਬੜਾ ਵਧੀਆ ਲੱਗਾ ਤੁਹਾਨੂੰ ਮਿਲ ਕੇ, ਤੁਹਾਡੀ ਪੂਰੀ ਫੈਮਿਲੀ ਨੂੰ ਮਿਲ ਕੇ। ਆਂਟੀ ਨੂੰ ਵੀ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਆਂਟੀ ਹੁਣ ਗੱਲ ਵੀ ਕਰਦੇ ਨੇ, ਪਤਾ ਰਮਨ ਹਾਂ ਕਰੋ, ਬਹੁਤ ਬਹੁਤ ਤੁਹਾਨੂੰ ਬਹੁਤ, ਤੁਸੀਂ ਆਂਟੀ ਨਾਲ ਵੀ ਅੱਗੇ ਸਾਡੀ ਗੱਲ ਕਰਵਾ ਦਿਓ। ਆਂਟੀ ਤੇਰੀ ਹੱਸਦੀ ਪਈ, ਆਏ ਉਰੇ ਜਾ ਕਰਨੇ ਗੱਲ, ਆਂਟੀ ਹੱਸਦੇ ਪਏ ਨੇ। ਅੱਛਾ ਆਂਟੀ ਨੂੰ ਬੁਲਾਓ ਜਰਾ, ਕਹਿੰਦੀ 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 ਮੈਨੂੰ ਸੱਦਿਆ ਨੇਗਾ, ਆ ਗਈ ਆ ਜੀ। ਹਲੇ ਹਲੇ ਸਤਿ ਸ਼੍ਰੀ ਅਕਾਲ ਕਰ ਲੈ ਕੁੜੀ ਜਾਣਾ। ਸਤਿ ਸ਼੍ਰੀ ਅਕਾਲ ਆਂਟੀ ਜੀ। ਹੈਲੋ, ਅਲਵਿਦਾ ਕਹਿੰਦੇ ਆ। ਸੋ ਤੁਸੀਂ ਦੱਸੋ ਤੁਹਾਡਾ ਕਿੱਦਾਂ ਗਿਆ 2019? ਵਧੀਆ ਗਿਆ, ਬਹੁਤ ਵਧੀਆ ਗਿਆ। ਹਾਂਜੀ ਠੀਕ ਹੈ ਜੀ, ਠੀਕ ਹੈ। ਤੇ 2020 ਵੀ ਆਈ ਹੋਪ ਇੱਦਾਂ ਹੀ ਜਾਵੇ, 2020 ਚ ਤੁਸੀਂ ਵੀ ਫੋਨ ਕਰਨੇ ਨੇ, ਠੀਕ ਹੈ। ਹਾਂਜੀ ਹਾਂਜੀ ਆਂਟੀ, ਵੱਖਰਾ ਫੋਨ ਲੈ ਲਓ, ਅਲੱਗ ਫੋਨ ਤੋਂ ਕਰਿਆ ਕਰੋ। ਇਹ ਗੱਲ ਠੀਕ ਹੈ, ਬਹੁਤ ਵਧੀਆ ਠੀਕ ਹੈ, ਵਧੀਆ ਗੱਲ ਜੀ, ਬਿਲਕੁਲ ਬਿਲਕੁਲ। ਅੰਕਲ ਨੇ ਕਹਿਣਾ ਅਸੀਂ ਵੱਖਰੇ ਨੀ ਹੋਏ, ਵੱਖਰੇ ਕਰੀ ਜਾਂਦੀਆਂ ਸਾਨੂੰ, ਹੋਣਾ ਵੀ ਚਾਹੀਦਾ ਵਾ। ਬਿਲਕੁਲ ਬਿਲਕੁਲ, ਚੋਰੀ ਚੋਰੀ ਫੋਨ ਕਰਕੇ ਸ਼ਿਕਾਇਤ ਲਾਣੀ ਪਵੇ ਤਾਂ, ਹਨਾ ਸ਼ਿਕਾਇਤਾਂ ਦੀ ਗੱਲ ਵਾ। ਬਿਲਕੁਲ ਜੀ, ਥੈਂਕ ਯੂ ਆਂਟੀ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਨੂੰ। ਤੇ ਫਿਰ ਇੱਕ ਮੈਂ ਚਾਹੁੰਦੀ ਹਾਂ ਕਿ ਕਾਲਸ ਹੋਰ ਲੈ ਲੈਂਦੇ ਹਾਂ ਜਾਂਦੇ ਜਾਂਦੇ, ਹਨਾ ਠੀਕ ਹੈ, ਸ਼ੋਰ। ਸੋ ਨੈਕਸਟ ਕੱਟੀਏ, ਨੈਕਸਟ ਕੱਟੀਏ, ਨੈਕਸਟ ਕੱਟੀਏ, ਓ ਨੈਕਸਟ 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 ਹੋਣਗੇ ਕਿ ਆਂਟੀ ਜੀ। ਅਰੇ ਵਾਹ, ਚਲੋ ਇੱਕ ਵਾਰੀ ਆਂਟੀ ਨੂੰ ਕਾਲ ਕਰਦੇ ਹਾਂ ਅਸੀਂ। ਬਿਲਕੁਲ ਜੀ, ਨੰਬਰ ਲੱਭਦੇ ਹਾਂ, ਨੰਬਰ ਲੱਭਦੇ ਹਾਂ।
ਡਿਫਰੈਂਟ ਕਾਈਂਡ ਦੇਖੋ ਜੀ ਅਸੀਂ ਤੁਹਾਡੇ ਸਭ ਦੇ ਨੰਬਰ ਰੱਖੇ ਹੋਏ ਨੇ ਆਪਣੇ ਰਿਕਾਰਡ ਦੇ ਵਿੱਚ ਸੋ ਫਟਾਫਟ ਨੰਬਰ ਅਸੀਂ ਲੱਭਾਂਗੇ ਕਾਲ ਕਰਾਂਗੇ ਤੇ ਕਰਾਂਗੇ ਗੱਲਬਾਤ 2019 ਨੂੰ ਬਾਏ ਬਾਏ ਕਿਸ ਤਰੀਕੇ ਨਾਲ ਕਹਿ ਰਹੇ ਨੇ ਬਿਲਕੁਲ ਸਾਡੇ ਲਾਸਟ ਕਾਲਰ ਹੋਣਗੇ ਕਿਉਂਕਿ ਟਾਈਮ ਘੱਟ ਬਚਿਆ ਲਾਸਟ ਕਾਲਰ ਦੇ ਨਾਲ ਆਪਾਂ ਲਾਸਟ ਬਾਏ ਬਾਏ ਜਾ ਰਹੀ ਹੈ ਦੇਖਦੇ ਹਾਂ ਕਿ ਫੋਨ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਪਹਿਚਾਨ ਲਿਆ ਲੈ ਪਹਿਚਾਨਣਾ ਹੀ ਨਹੀਂ ਤੇਰਾ ਨੰਬਰ ਹੀ ਹੋਰ ਆਇਆ ਅੱਜ ਅੱਛਾ ਪ੍ਰੀਤ ਤੇ ਨਾਜ਼ ਬੋਲ ਰਹੇ ਹਾਂ ਡੇਲੀ ਡੋਜ਼ ਦੇ ਵਿੱਚੋਂ ਹਾਂ ਪਤਾ ਹੈ ਪ੍ਰੀਤ ਬੋਲ ਰਹੀ ਹੈ ਮੈਂ ਤੇਰੀ ਆਵਾਜ਼ ਹੁਣ ਇੱਕ ਘੰਟੇ ਤੇ ਨਹੀਂ ਭੁੱਲਣ ਲੱਗੀ ਸੀ ਜੀ ਸੋ ਆਂਟੀ ਜੀ ਅੱਜ ਜਿਵੇਂ ਕਿ 31 ਤਰੀਕ ਹੈ ਲਾਸਟ 2019 ਦਾ ਆਪਾਂ ਡੇਲੀ ਡੋਜ਼ ਤੁਹਾਡੇ ਨਾਲ ਕਰ ਰਹੇ ਹਾਂ ਗੱਲਬਾਤ ਕਰ ਰਹੇ ਹਾਂ 2019 ਨੂੰ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਮਿਲ ਕੇ ਬਾਏ ਬਾਏ ਕਹਿ ਦੇਣੀ ਹੈ ਤੇ ਤੁਸੀਂ ਦੱਸੋ 2019 ਤੁਹਾਡਾ ਕਿੱਦਾਂ ਨਿਕਲਿਆ ਵਧੀਆ ਰਿਹਾ ਬੇਟਾ ਕੋਈ ਨਾ ਖਾਸ ਖਰਾਬ ਕੋਈ ਨਹੀਂ ਹੋਇਆ ਠੀਕ ਹੀ ਰਿਹਾ ਚੰਗਾ ਰਿਹਾ ਓਕੇ ਸੋ ਕੁਛ ਇਦਾਂ ਦੀ ਗੋਦੀ ਸੁੱਖ ਮੰਗੀਏ ਅੱਗੇ ਖੁਸ਼ੀਆਂ ਆਉਣ ਅਗਲਾ ਸਾਲ ਜਿਹੜਾ ਦੋ ਇੱਕ ਬੰਦਾ ਮੈਨੂੰ ਕਹਿੰਦਾ ਹੈ ਥੋੜਾ ਚਿਰ ਹੋਇਆ ਪਿਛਲੇ ਸਾਲ ਦੀ ਗੱਲ ਨਹੀਂ ਦੋ ਤਿੰਨ ਸਾਲ ਦੀ ਗੱਲ ਮੈਨੂੰ ਕਹਿੰਦਾ ਕੀ ਪਤਾ 2020 ਚ ਆਪਾਂ ਹੋਵਾਂਗੇ ਕਿ ਨਹੀਂ ਮੈਂ ਕਿਉਂ ਨਹੀਂ ਹੋਵਾਂਗੇ ਹਾਂ ਬਿਲਕੁਲ ਇਹ ਕਿ ਸੋਚਣਾ ਮੈਂ ਆਖਾਂ ਆਪਾਂ ਖੁਸ਼ੀ ਸੋਚਣੀ ਹੈ ਚੰਗਾ ਅੱਗੋਂ ਸੋਚਣਾ ਹੈ ਵੀ ਕੋਈ ਸਾਲ ਵੀ ਆਉਂਦਾ ਹੈ ਇਨਸਾਨ ਵਾਸਤੇ ਬੜਾ ਚੰਗਾ ਆਵੇ ਬੰਦਾ ਬੈਠਾ ਕਿਉਂ ਹੈ ਆਪਾਂ ਖੁਸ਼ੀਆਂ ਮੰਗਦੇ ਹਾਂ ਕਦੀ ਕੋਈ ਦੁੱਖ ਤਾਂ ਮੰਗਦਾ ਹੀ ਨਹੀਂ ਹਨਾ ਆਪਾਂ ਚਲ ਕੋਈ ਕੰਮ ਅਧੂਰਾ ਰਹੇਗਾ ਤੇ ਨਵੇਂ ਸਾਲ ਚ ਹੋ ਜਾਏਗਾ ਆਪਾਂ ਕਹਿੰਦੇ ਹੁੰਦੇ ਹਾਂ ਨਾ ਬਿਲਕੁਲ ਤੇ ਮੈਂ ਆਨੀ ਆ ਵੀ ਜਦੋਂ ਵੀ ਕੋਈ ਵੀ ਮੂੰਹ ਨਿਕਲਣੀ ਨਾ ਆਵਾਜ਼ ਅੱਛੀ ਕੱਢੀਏ ਵਾਹਿਗੁਰੂ ਕਰੇ ਅਸੀਂ ਤਾਂ ਮੈਂ ਤਾਂ ਸ਼ੀਸ਼ਾ ਵੀ ਦਿੰਦੀ ਰਹਿੰਦੀ ਹਾਂ ਜਸ ਪੰਜਾਬੀ ਡੇਲੀ ਡੋਜ਼ ਦੋ ਰਲ ਗਏ ਨੇ ਚੀਜ਼ ਇੱਕੋ ਹੀ ਹੈ ਪਰ ਦੋ ਜਗ੍ਹਾ ਤੋਂ ਬੋਲਦੇ ਨੇ ਆਵਾਜ਼ਾਂ ਆਉਂਦੀਆਂ ਨੇ ਕਿੰਨਾ ਪਿਆਰ ਹੈ ਆਪਣਾ ਬੱਚਿਆਂ ਤੋਂ ਹੱਸਣੇ ਆ ਗੱਲਾਂ ਬਾਤਾਂ ਕਰਨੇ ਆ ਇਸ ਤਰ੍ਹਾਂ ਹੀ ਅੱਗੇ ਵਧੇ ਵਾਹਿਗੁਰੂ ਕਰੇ ਤੇ ਸਾਰੇ ਜਿੰਨੇ ਵੀ ਬੱਚੇ ਸੁਣ ਰਹੇ ਨੇ ਵੱਡੇ ਛੋਟੇ ਡੇਲੀ ਡੋਜ਼ ਚ ਜਸ ਪੰਜਾਬੀ ਚ ਵਾਹਿਗੁਰੂ ਉਹਨਾਂ ਨੂੰ ਵੀ ਨਵਾਂ ਸਾਲ ਬੜਾ ਖੁਸ਼ੀਆਂ ਦਾ ਆਵੇ ਜੇ ਕਿਸੇ ਦੀ ਕੋਈ ਥੋੜੀ ਬਹੁਤੀ ਹੁੰਦਾ ਹੈ ਕੰਮ ਸਾਡਾ ਅੱਜ 2019 ਚ ਨਹੀਂ ਹੋਇਆ ਤੇ ਵਾਹਿਗੁਰੂ ਉਹਨਾਂ ਦਾ 2020 ਜ਼ਰੂਰ ਕਰੇਗਾ ਮੇਰੀ ਆਸ਼ੀਰਵਾਦ ਹੈ ਬਿਲਕੁਲ ਜੀ ਬਿਲਕੁਲ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਬਾਕੀ ਹੈਗਾ ਹੈ ਤੇ ਪ੍ਰੀਤ ਜਿਹੜੀ ਹੈ ਉਹਨੂੰ ਵੀ ਅੱਗੇ ਵਧਣਾ ਚਾਹੀਦਾ ਹੈ ਨੇਰਾ ਕੁੜੀ ਬਣ ਕੇ ਨਾ ਰਵੇ ਨਵਾਂ ਸਾਲ ਪ੍ਰੀਤ ਵਾ ਤੇ ਬੜਾ ਚੰਗਾ ਆਵੇ ਤੇ ਅੱਗੇ ਵਧੇ ਕੁਛ ਨਾ ਕੁਛ ਸਮਝ ਆ ਗਈ ਹਾਂ ਜੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਆਂਟੀ ਵਧਣਾ ਚਾਹੀਦਾ ਹੈ ਵਾਹਿਗੁਰੂ ਤੈਨੂੰ ਵੀ ਖੁਸ਼ੀਆਂ ਬਖਸ਼ੇ ਸਾਰਿਆਂ ਨੂੰ ਜਿਹੜੇ ਸੁਣਨ ਵਾਲੇ ਤੇ ਜੋ ਵੀ ਭੈਣ ਭਰਾ ਕੋਲੋਂ ਜਿੱਥੇ ਜਿੱਥੇ ਸੁਣ ਰਹੇ ਨੇ ਵਾਹਿਗੁਰੂ ਕਿਸੇ ਦੀ ਕੋਈ ਖੁਸ਼ੀ ਵੀ ਅਧੂਰੀ ਨਾ ਰੱਖੇ ਨਵੇਂ ਸਾਲ ਸਾਰੀ ਪੂਰੀ ਕਰੇ ਜਿਹਨਾਂ ਦੀ ਥੋੜੀ ਬਹੁਤੀ ਰਹਿ ਗਈ ਹੈ 2019 ਚ ਉਹ ਵਾਹਿਗੁਰੂ ਕਰਿਆ ਕਿ ਪਤਾ ਜਨਵਰੀ ਚ ਪੂਰੀ ਹੋ ਜਾਏਗੀ 2020 ਚੜ੍ਹਦੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਮਚ ਆਂਟੀ ਜੀ ਕਾਲ ਕਰਨ ਦੇ ਲਈ ਸੋ ਸਮਾਂ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈਗਾ ਆ ਸੋ ਪਰ ਬਹੁਤ ਮਜ਼ਾ ਆਇਆ ਮੈਨੂੰ ਤਾਂ ਅੱਜ ਦੇ ਬਹੁਤ ਜ਼ਿਆਦਾ ਅੱਜ ਮਜ਼ਾ ਆਇਆ ਸਾਨੂੰ ਦੋਨਾਂ ਨੂੰ ਵਧੀਆ ਲੱਗਾ ਆਈ ਹੋਪ ਕਿ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਮਜ਼ਾ ਆਇਆ ਹੋਏਗਾ ਔਰ ਆਸ਼ਾ ਕਰਦੇ ਹਾਂ ਕਿ 2020 ਦੇ ਵਿੱਚ ਵੀ ਇੰਨਾ ਹੀ ਮਜ਼ਾ ਆਏ ਔਰ 2019 ਨੂੰ ਬਾਏ ਬਾਏ ਅਸੀਂ ਇਸ ਤਰੀਕੇ ਨਾਲ ਕੀਤਾ ਹੈ ਤੁਸੀਂ ਵੀ ਆਪਣੇ ਦੁੱਖ ਤਕਲੀਫਾਂ ਨੂੰ ਬਾਏ ਬਾਏ ਜ਼ਰੂਰ ਕਹਿ ਬਿਲਕੁਲ ਜੀ ਬਿਲਕੁਲ ਇਸ ਵਾਰੀ 2000 ਜਿਹੜਾ 1931 ਅਲੱਗ ਰਿਹਾ ਸਾਡੇ ਵਿਊਰਸ ਦੇ ਨਾਲ ਹਮੇਸ਼ਾ ਮੈਨੂੰ ਯਾਦ ਹੈ ਛੋਟੇ ਹੁੰਦੇ ਵੀ ਇੱਕ ਨਿਊ ਈਅਰ ਦਾ ਪ੍ਰੋਗਰਾਮ ਦੇਖਣਾ ਔਰ ਨਾਲ ਦੀ ਨਾਲ ਮੈਂ ਤਾਂ ਗਜਰੇਲਾ ਬਣਾ ਲੈਂਦੀ ਹੁੰਦੀ ਸੀ ਸਾਰੀ ਫੈਮਿਲੀ ਦੇ ਲਈ ਬਿਲਕੁਲ ਸਹੀ ਮੂੰਗਫਲੀ ਰੱਖ ਲੈਣੀ ਕੋਲ ਰੋੜੀਆਂ ਰੱਖੀਆਂ ਹੋਣੀਆਂ ਔਰ 2000 ਉਹ ਬੜਾ ਵਧੀਆ ਟਾਈਮ ਸੀਗਾ ਜਦੋਂ 31 ਤਰੀਕ ਨੂੰ ਮਤਲਬ ਕਿ ਇਦਾਂ ਹੀ ਅਸੀਂ ਬਾਏ ਬਾਏ ਕਰਦੇ ਸੀ ਪਰ ਅੱਜ ਬਾਏ ਬਾਏ ਆਪਾਂ ਤੁਹਾਡੇ ਨਾਲ ਹੀ ਕਰਨੀ ਆ ਤੇ ਹੁਣ ਬਾਏ ਬਾਏ ਕਰਨ ਦਾ ਟਾਈਮ ਵੀ ਆ ਗਿਆ ਆਪਣੀਆਂ ਸੁਜੈਸ਼ਨ ਜ਼ਰੂਰ ਸਾਨੂੰ ਲਿਖ ਕੇ ਭੇਜਣੀ ਹੈ ਇਹ ਆਪਾਂ ਜ਼ਰੂਰ ਕਹਿਣਾ ਜੀ ਤੁਹਾਨੂੰ ਤੇ ਬਾਕੀ ਹੁਣ ਜੀ ਆਪਾਂ ਇਕੱਠੇ ਮਿਲ ਕੇ ਅੱਜ ਖੁਸ਼ੀ ਦੇ ਨਾਲ ਤੁਹਾਨੂੰ ਵੀ ਇਹ ਕਵਾਂਗੇ ਜੀ ਤੁਹਾਡੇ ਕੋਲ ਹਜੇ ਪੂਰਾ ਦਿਨ ਜਿਹੜਾ ਪਿਆ ਹੈ ਸਵੇਰ ਦਾ ਸਮਾਂ ਆ ਹੁਣ ਤੇ ਇਸ ਦਿਨ ਸਭ 2019 ਨੂੰ ਬਹੁਤ ਹੀ ਪਿਆਰ ਦੇ ਨਾਲ ਰੱਬ ਦਾ ਸ਼ੁਕਰੀਆ ਅਦਾ ਕਰਕੇ ਇਸ ਨੂੰ ਅਲਵਿਦਾ ਕਹੋ ਤਾਂ ਕਿ 2020 ਤੁਹਾਡੇ ਲਈ ਪੂਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਹੁਣ ਸਾਡਾ ਅਲਵਿਦਾ ਕਹਿਣ ਦਾ ਟਾਈਮ ਆ ਗਿਆ ਜੀ ਤੁਹਾਨੂੰ ਫਿਲਹਾਲ ਸੋ ਜੀ ਸੋ ਮੇਰੇ ਵੱਲੋਂ ਪ੍ਰੀਤ ਵੱਲੋਂ ਤੇ ਨਾਲ ਦੀ ਨਾਲ ਨਾਜ਼ ਵੱਲੋਂ ਤੁਹਾਨੂੰ ਬਾਏ ਬਾਏ ਜੀ 2019 ਨੂੰ ਵੀ ਬਾਏ ਬਾਏ ਤੇ ਹੁਣ ਅਗਲੇ ਸਾਲ ਹੋਏਗੀ ਮੁਲਾਕਾਤ ਤੁਹਾਡੇ ਨਾਲ ਹੋਰ ਖੁਸ਼ੀਆਂ ਭਰੀਆਂ ਡੇਲੀ ਡੋਜ਼ ਦੇ ਨਾਲ ਸੋ ਹੁਣ ਮੈਨੂੰ ਪ੍ਰੀਤ ਨੂੰ ਤੇ ਮੇਰੇ ਨਾਲ ਨਾਜ਼ਿਸ਼ ਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ